ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਫਿਰਦ ਧਿਆਵੋ ਫਿਰਦ ਧਿਆਵੋ ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ ਸ਼੍ਰੀ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ ਸ਼੍ਰੀ ਹਰਿ ਗੋਬਿੰਦ ਸ਼ੋਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰੂ ਹਰਿ ਕ੍ਰਿਸ਼ਨ ਮਨਾਏ ਬਹੁ ਗੁਰੂ ਤੇਗ ਬਹਾਦਰ ਪਰਮ ਕੇਰਪਾਲਾ ਵਾਹਿਗੁਰੂ ਪਰਮ ਕੇਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਸਾਲਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰਿ ਅਨੁਰਾਗ ਏਕੰਕਾਰ ਸਤਿਗੁਰ ਤਿਹ ਪ੍ਰਸਾਦ ਸਚ ਹੋਇ ਵਾਹਿਗੁਰੂ ਜੀ ਕੀ ਫਤਹਿ ਬੇਗਨ ਵਿਨਾਸ਼ਨ ਸੋਏ ਹਾਂਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਤ ਹੋਤ ਮਿਲ ਸਭ ਕੇ ਸਾਥ ਚੱਲੇ ਆਨੰਦ ਪੁਰੇ ਗੁਰਨਾਥ ਪੰਚ ਕੋਸ ਪਰ ਪਹੁੰਚੇ ਜਾਈ ਸੁਨਤ ਪ੍ਰਜਾ ਆਈ ਅਗਵਾਈ ਸਾਥ ਗਰੀਬ ਨਵਾਜ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਜਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪਰਤਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦੇ ਸਰਗੁਣ ਸਰੂਪ ਦਸਾਂ ਗਰੀਬਾਂ ਸਿੱਖਾਂ ਸੇਵਕਾਂ ਸਾਰਿਆਂ ਦੀ ਇੱਜ਼ਤ ਰੱਖਣ ਵਾਲੇ ਪਤ ਰੱਖਣ ਵਾਲੇ ਦਇਆ ਕਰਨ ਵਾਲੇ ਰਹਿਮਤਾ ਬਖਸ਼ਿਸ਼ ਕਰਨ ਵਾਲੇ ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜਿੰਨੀਆਂ ਵੀ ਸੰਗਤਾਂ ਗੁਰੂ ਜੀ ਦੇ ਚਰਨਾਂ ਵਿੱਚ ਬੈਠੇ ਹੋ ਦੋਵੇਂ ਹੱਥ ਜੋੜ ਕੇ ਪਿਆਰ ਨਾਲ ਗੱਜ ਕੇ ਕਹੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿੱਚ ਸੁਭਾਈ ਮਨ ਹੋ ਕੇ ਗੁਰਬਾਣੀ ਦਾ ਕੀਰਤਨ ਰਾਗੀ ਸਿੰਘਾਂ ਦੇ ਕੋਲੋਂ ਆਪ ਜੀ ਨੇ ਸਰਵਣ ਕੀਤਾ ਚੱਲ ਰਹੀ ਲੜੀਵਾਰ ਕਥਾ ਇਤਿਹਾਸ ਦੀ ਕਥਾ ਉਹ ਆਪ ਜੀ ਨੇ ਹੁਣ ਪਿਆਰ ਨਾਲ ਸਰਵਣ ਕਰਨੀ ਹੈ ਦੋਵੇਂ ਹੱਥ ਜੋੜ ਕੇ ਸਿਰ ਨਵਾ ਕੇ ਗੱਜ ਕੇ ਫਤਿਹ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਨ੍ਹਾਂ ਦੇ ਬਾਰੇ ਆਪ ਗੁਰੂ ਗੋਬਿੰਦ ਸਿੰਘ ਜੀ ਲਿਖਦੇ ਆ ਬੜੀ ਕੰਗਾਲਤਾ ਹੋਵੇ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਨਾਮ ਲਿਆ ਜਾਵੇ ਉੱਥੇ ਨੌ ਨਦੀਆਂ ਤੇ 18 ਸਿੱਧੀਆਂ ਆ ਕੇ ਵਰਤਣ ਲੱਗ ਪੈਂਦੀਆਂ ਹਨ ਖਜ਼ਾਨੇ ਆ ਜਾਂਦੇ ਹਨ ਤਨ ਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਪਟਨਾ ਸਾਹਿਬ ਤੋਂ ਝੱਲ ਕੇ ਆਨੰਦਪੁਰ ਸਾਹਿਬ ਨੂੰ ਆ ਰਹੇ ਹਨ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਪਰਿਵਾਰ ਨੂੰ ਮਿਲੇ ਆ ਸੰਗਤਾਂ ਨੂੰ ਮਿਲੇ ਆ ਸਾਹਿਬ ਜਾਦੇ ਨੂੰ ਮਿਲੇ ਨੇ ਸਾਰਿਆਂ ਨੂੰ ਮਹਾਰਾਜ ਜੀ ਨੇ ਵਖ ਵਖ ਉਪਦੇਸ਼ ਬਖਸ਼ਿਸ਼ ਕੀਤਾ ਜੀ ਉਪਦੇਸ਼ ਬਖਸ਼ਿਸ਼ ਕਰਕੇ ਸਿੱਖ ਸੰਗਤਾਂ ਨੂੰ ਵਿਦਾ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਅੱਗੇ ਅਨੰਦਪੁਰ ਸਾਹਿਬ ਨੂੰ ਵਧੇ ਹਨ ਭਾਈ ਸੰਤੋਖ ਸਿੰਘ ਜੀ ਲਿਖਦੇ ਆ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਪਟਨਾ ਸਾਹਿਬ ਤੋਂ ਅਨੰਦਪੁਰ ਸਾਹਿਬ ਆ ਰਹੇ ਸੀ ਤੇ ਬਹੁਤ ਸਾਰੇ ਰਸਤੇ ਵਿੱਚ ਪਿੰਡ ਵੀ ਆਏ ਬڑے ਨਗਰ ਵੀ ਆਏ ਸ਼ਹਿਰ ਵੀ ਆਏ ਦਰਿਆ ਵੀ ਆਏ ਜੰਗਲ ਵੀ ਆਏ ਜਿਹੜਾ ਜਿਹੜਾ ਰਸਤੇ ਵਿੱਚ ਗੁਰੂ ਜੀ ਦੇ ਦਰਸ਼ਨ ਕਰਦਾ ਗਿਆ ਸਾ ਸੰਗਤ ਜੀ ਉਹਦਾ ਭਲਾ ਹੁੰਦਾ ਰਿਹਾ ਹੈ ਚੇਤਾ ਰੱਖਿਓ ਗੁਰੂ ਗ੍ਰੰਥ ਸਾਹਿਬ ਜੀ ਵੀ ਉਹੀ ਰੂਪ ਨੇ ਸਾਡੀ ਅੰਦਰ ਦੀ ਭਾਵਨਾ ਨਹੀਂ ਬਣਦੀ ਜੀ ਹੁਣ ਤਾਂ ਸਗੋਂ ਉਦੋਂ ਸੀਗਾ ਵੀ ਇੱਕ ਰੂਪ ਵਿੱਚ ਨੇ ਇੱਕ ਸਰੀਰ ਵਿੱਚ ਨੇ ਤੇ ਕਿਰਪਾ ਇੱਕ ਥਾਂ ਤੇ ਹੁੰਦੀ ਸੀਗੀ ਹੁਣ ਤਾਂ ਬੇਅੰਤ ਸਥਾਨਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੁਭਾਏ ਮਾਨ ਨੇ ਤੇ ਹਰ ਥਾਂ ਉਤੇ ਗੁਰੂ ਜੀ ਦੀ ਕਿਰਪਾ ਵਰਤ ਰਹੀ ਹੈ ਪਰ ਮਾਫ ਕਰਿਓ ਆਮ ਸੰਸਾਰੀ ਬੰਦੇ ਨੂੰ ਇਸ ਗੱਲ ਦਾ ਸੈਜੇ 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 ਪਤਾ ਲੱਗਦਾ ਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹੋ ਹੀ ਰੂਪ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਰੂਪ ਨੇ ਜੇ ਕੋਈ ਨ ਪਾਵਨਾ ਦੇ ਨਾਲ ਦਰਸ਼ਨ ਕੀਤੇ ਹੋਣ ਉਹਨੂੰ ਇਸ ਗੱਲ ਦਾ ਗਿਆਤ ਹੋਵੇਗਾ ਮਹਾਰਾਜ ਜੀ ਨੇ ਬੜਿਆਂ ਉੱਤੇ ਕਿਰਪਾ ਕੀਤੀ ਬੜਿਆਂ ਉੱਤੇ ਰਹਿਮਤਾਂ ਕੀਤੀਆਂ ਸਭ ਤੋਂ ਅਮੋਲਕ ਦਾਤ ਜਿਹੜੀ ਦਾਤ ਆਮ ਸੰਸਾਰੀ ਬੰਦਿਆਂ ਦੇ ਕੋਲ ਆਪ ਬਣੇ ਹੋਏ ਸੰਤਾਂ ਕੋਲ ਵੀ ਨਹੀਂ ਹੈਗੀ ਜੀ ਚੇਤਾ ਰੱਖਿਓ ਨਾਮ ਦੀਆਂ ਗੱਲਾਂ ਸੁਣਾ ਲੈਣੀਆਂ ਹੋਰ ਗੱਲ ਹੈ ਜੀ ਵੀ ਨਾਮ ਜਪਿਆ ਕਰੋ ਨਾਮ ਜਪਿਆ ਕਰੋ ਨਾਮ ਦੀਆਂ ਗੱਲਾਂ ਸੁਣਾਉਣੀਆਂ ਤੇ ਪਰਮੇਸ਼ਰ ਦੇ ਨਾਮ ਨੂੰ ਜਪਣ ਦੀ ਕਿਸ ਨੂੰ ਪ੍ਰੇਰਣਾ ਕਰਨੀ ਇਹ ਬੜੀ ਚੰਗੀ ਗੱਲ ਹੈ ਜੀ ਕਰਨੀ ਚਾਹੀਦੀ ਹੈ ਪਰ ਨਾਮ ਦੀ ਦਾਤ ਕਿਸੇ ਨੂੰ ਦੇ ਦੇਣੀ ਇਹ ਗੁਰੂ ਸਾਹਿਬ ਜੀ ਕਰਦੇ ਆ ਜੀ ਇਹ ਪੂਰੇ ਸਤਿਗੁਰੂ ਜੀ ਦੇ ਕੋਲ ਹੈ ਖੇਡ ਹੈ ਜਾਂ ਜਿਹੜੇ ਗੁਰੂ ਸਾਹਿਬ ਵਿੱਚ ਔਤ ਪੋਤ ਹੋਏ ਗੁਰਮੁਖ ਨੇ ਨਾ ਜੀ ਉਹ ਵੀ ਕਿਸੇ ਦੂਜੇ ਨੂੰ ਨਾਮ ਦੀ ਦਾਤ ਦੇ ਸਕਦੇ ਹਨ ਜਨਮ ਮਰਨ ਦਹੁ ਮਹ ਨਾਹੀ ਜਨ ਪਰਉਪਕਾਰੀ ਆਏ ਜੀ দান ਦੇ ਭਗਤੀ ਲਾਇਨ ਹਰਿ ਸਿਉ ਲੈਨ ਬਿਲਾਏ ਕੋਈ ਵੀਰਲਾ ਪਰਉਪਕਾਰੀ ਐਸਾ ਹੁੰਦਾ ਜਿਹੜਾ ਕਿਸੇ ਨੂੰ ਜੀਵਾਨ ਦੇ ਦੇਵੇ ਬਾਈ ਜੀ ਮਹਾਰਾਜ ਜੀ ਨੇ ਰਸਤੇ ਵਿੱਚ ਬੜਿਆਂ ਦਾ ਭਲਾ ਕੀਤਾ ਬੜਿਆਂ ਦਾ ਭਲਾ ਕੀਤਾ ਬੜਿਆਂ ਨੂੰ ਦਰਸ਼ਨ ਦਿੱਤੇ ਦਰਸ਼ਨ ਦੇ ਦੇ ਕੇ ਗੁਰੂ ਜੀ ਨੇ ਨਿਹਾਲ ਕੀਤਾ ਕੱਲ ਫਿਰ ਆਪ ਜੀ ਨੇ ਸੁਣਿਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਰੋਪੜ ਪਾਰ ਕਰਦੇ ਹਨ ਜੀ ਜਦੋਂ ਰੋਪੜ ਪਾਰ ਕੀਤਾ ਤੇ ਵੱਡੇ ਸਤਗੁਰਾਂ ਦੀ ਨਗਰੀ ਆਹੀ ਜੀ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਰਹੇ ਨੇ ਉਹ ਹੈ ਕੀਰਤਪੁਰ ਸਾਹਿਬ ਕੀਰਤਪੁਰ ਸਾਹਿਬ ਮਹਾਰਾਜ ਆਪਣੇ ਪਿਤਾ ਜੀ ਦੇ ਅਸਥਾਨ ਦੇ ਦਰਸ਼ਨ ਕਰਨ ਵਾਸਤੇ ਗਏ ਜੀ ਉੱਥੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅੰਗੀਠਾ ਆਪਣੇ ਪਿਤਾ ਜੀ ਦੇ ਅਸਥਾਨ ਦੇ ਦਰਸ਼ਨ ਕਰਨ ਗਏ ਜੀ ਜਦੋਂ ਮਹਾਰਾਜ ਕੀਰਤਪੁਰ ਸਾਹਿਬ ਪਹੁੰਚੇ ਤੇ ਕੀਰਤਪੁਰ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਭਰਾ ਬਾਬਾ ਸੂਰਜ ਮੱਲ ਜੀ ਹੁਣ ਬਾਬਾ ਸੂਰਜ ਮੱਲ ਜੀ ਵੀ ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ ਨੇ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ ਨੇ। ਬਾਬਾ ਸੂਰਜਮਲ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵੱਡੇ ਭਰਾ ਨੇ ਜੀ। ਉਹ ਮਿਲੇ ਆ ਬੜਾ ਪਿਆਰ ਸਤਿਕਾਰ ਕੀਤਾ। ਵੇਖੋ ਗੁਰੂ ਘਰ ਵਿੱਚ ਉਮਰਾਂ ਦੀ ਵੀ ਖੇਡ ਨਹੀਂ ਹੈਗੀ। ਪਦਵੀ ਜਿਹੜੀ ਵੱਡੀ ਹੈ ਉਹਦਾ ਸਨਮਾਨ ਵੱਧ ਹੈ ਜੀ। ਜਿਹੜਾ ਸਗੋਂ ਉਮਰ ਦੀ ਖੇਡ 'ਚ ਪਿਆ ਰਹਿੰਦਾ ਹੈ ਨਾ ਜੀ ਉਹਦਾ ਆਤਮਿਕ ਵਿਕਾਸ ਨਹੀਂ ਹੋ ਸਕਦਾ ਜੀ। ਬਾਬਾ ਸੂਰਜਮਲ ਜੀ ਨੇ ਇਹ ਨਹੀਂ ਵੇਖਿਆ ਵੀ ਮੇਰਾ ਛੋਟਾ ਭਰਾ ਹੈ ਬਾਬਾ ਸੂਰਜਮਲ ਜੀ ਨੇ ਇਹ ਜਾਣਿਆ ਵੀ ਇਹ ਗੁਰੂ ਨਾਨਕ ਸਾਹਿਬ ਜੀ ਦਾ ਰੂਪ ਨੇ ਹੁਣ ਬੜਾ ਹੀ ਸਤਕਾਰ ਕੀਤਾ ਉਥੇ ਹੀ ਬਾਬਾ ਸੂਰਜਮਲ ਜੀ ਨੇ ਰਾਤ ਰਹਿਣ ਵਾਸਤੇ ਗੁਰੂ ਜੀ ਨੂੰ ਬੇਨਤੀ ਕੀਤੀ ਮਹਾਰਾਜ ਕੀਰਤਪੁਰ ਸਾਹਿਬ ਰਾਤ ਰਹੇ ਹਨ ਔਰ ਬਾਬੇ ਸੂਰਜਮਲ ਦੇ ਦੋ ਪੁੱਤਰੇ ਨੇ ਜੀ ਜਿਨ੍ਹਾਂ ਦਾ ਨਾਮ ਹੈ ਗੁਲਾਬ ਰਾਏ ਤੇ ਸ਼ਾਮਦਾਸ ਉਹਨਾਂ ਤੋਂ ਪੋਤਰਿਆਂ ਨੂੰ ਮਲਾਇਆ ਇਹ ਹੁਣ ਗੁਰੂ ਤੇਗ ਬਹਾਦਰ ਜੀ ਦੇ ਵੀ ਪੁੱਤਰ ਨੇ ਪੋਤਰੇ ਨੇ ਮਹਾਰਾਜ ਨੇ ਵਿਚਾਰ ਕੀਤੀ ਵੀ ਇਹਨਾਂ ਨੇ ਆਉਣ ਵਾਲੇ ਸਮੇਂ ਵਿੱਚ ਸਾਡੇ ਪੁੱਤਰ ਦੇ ਨਾਲ ਖੇਡਣਾ ਗਹਿਣੇ ਦਿੱਤੇ ਬਸਤਰ ਦਿੱਤੇ ਸੋ ਰਾਤ ਰਹਿ ਕੇ ਅਗਲੇ ਦਿਨ ਆਪਣੇ ਪਿਤਾ ਜੀ ਦੇ ਅਸਥਾਨ ਤੇ ਮੱਥਾ ਟੇਕਿਆ ਸਤਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਦਾਇ ਸਾਹਿਬ ਜੀ ਦੇ ਅਸਥਾਨ ਤੇ ਮੱਥਾ ਟੇਕਿਆ ਜੀ ਤੇ ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਆਨੰਦਪੁਰ ਸਾਹਿਬ ਨੂੰ ਆ ਰਹੇ ਹੈ ਵੇਖੋ ਜਿਨ੍ਹਾਂ ਨੇ ਕਥਾ ਗੁਰੂ ਤੇਗ ਬਹਾਦਰ ਸਾਹਿਬ ਸਤਿਗੁਰੂ ਜੀ ਦੀ ਧਿਆਨ ਨਾਲ ਸੁਣੀ ਹੈ ਉਹਨਾਂ ਨੇ ਕੁਝ ਗੱਲਾਂ ਨੋਟ ਕੀਤੀਆਂ ਹੋਣਗੀਆਂ ਪਹਿਲਾਂ ਤਾਂ ਪਿਆਰ ਨਾਲ ਸਾਰੇ ਆਖੋ ਵਾਹਿਗੁਰੂ ਵਾਹਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ ਗੁਰਤਾ ਗੱਦੀ ਤੇ ਸੱਜੇ ਹੈ ਤੇ ਬਾਬਾ ਬਕਾਲਾ ਸਾਹਿਬ ਕੁਝ ਸਮਾਂ ਰਹੇ ਹੈ ਫਿਰ ਮਹਾਰਾਜ ਆਨੰਦਪੁਰ ਸਾਹਿਬ ਆਏ ਜੀ ਪਹਿਲਾਂ ਤੇ ਧਰਤੀ ਲੱਭੀ ਹੈ ਫਿਰ ਆਨੰਦਪੁਰ ਸਾਹਿਬ ਨੂੰ ਵਸਾਇਆ ਆਨੰਦਪੁਰ ਸਾਹਿਬ ਵਸਾ ਕੇ ਕੁਝ ਸਮਾਂ ਮਹਾਰਾਜ ਰਹੇ ਹੈ ਜਦੋਂ ਘਰ ਬਣ ਕੇ ਲੋਕ ਰਹਿਣ ਲੱਗ ਪਏ ਫਿਰ ਗੁਰੂ ਜੀ ਪੂਰਬ ਵਾਲੇ ਦੇਸ਼ ਨੂੰ ਚਲੇ ਗਏ ਜੀ ਵੀ ਤੀਰਥਾਂ ਤੇ ਜਾਣਾ ਹੈ ਤੀਰਥ ਤਾਂ ਇੱਕ ਬਹਾਨਾ ਸੀਗਾ ਗੱਲ ਤੇ ਸੀਗੀ ਦੁਨੀਆ ਨੂੰ ਧਾਰਨ ਦੀ ਮਹਾਰਾਜ ਉਸ ਪਾਸੇ ਤੋਂ ਲੋਕਾਂ ਨੂੰ ਤਾਰ ਕੇ ਯਾਤਰਾ ਕਰਕੇ ਹੁਣ ਆਨੰਦਪੁਰ ਸਾਹਿਬ ਵਾਪਸ ਆਏ ਨੇ। ਕਈ ਸਾਲਾਂ ਬਾਅਦ ਆਪਣੇ ਨਗਰ ਸ੍ਰੀ ਆਨੰਦਪੁਰ ਸਾਹਿਬ ਸੱਚੇ ਪਾਤਸ਼ਾਹ ਜੀ ਵਾਪਸ ਆਏ ਹਨ ਜੀ। ਵੈਸੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਪਣੇ ਮਾਤਾ ਜੀ ਦੇ ਨਾਲ ਬਹੁਤ ਪਿਆਰ ਹੈ ਜੀ। ਮਾਤਾ ਜੀ ਮਾਤਾ ਨਾਨਕੀ ਜੀ ਮਹਾਰਾਜ ਨੇ ਨਗਰ ਦਾ ਨਾਮ ਵੀ ਆਪਣੀ ਮਾਤਾ ਦੇ ਨਾਮ ਉੱਤੇ ਵਸਾਇਆ ਮਹਾਰਾਜ ਕਿੰਨਾ ਸਤਿਕਾਰ ਕਰਦੇ ਹਣਗੇ ਤੇ ਸੋ ਹੁਣ ਮਹਾਰਾਜ ਅਨੰਦਪੁਰ ਸਾਹਿਬ ਸੱਚੇ ਪਾਤਸ਼ਾਹ ਜੀ ਪਹੁੰਚੇ ਹੈ ਜਦੋਂ ਗੁਰੂ ਜੀ ਅਨੰਦਪੁਰ ਸਾਹਿਬ ਪਹੁੰਚਦੇ ਹੈ ਤੇ ਅਨੰਦਪੁਰ ਸਾਹਿਬ ਦੀਆਂ ਸੰਗਤਾਂ ਕੀ ਉਤਸ਼ਾਹ ਕਰਦੀਆਂ ਨੇ ਇਹ ਹੁਣ ਅੱਜ ਆਪਾਂ ਕਥਾ ਦੇ ਵਿੱਚ ਸਰਵਣ ਕਰਾਂਗੇ ਸਾਰੀ ਸੰਗਤ ਪਿਆਰ ਨਾਲ ਗੱਜ ਕੇ ਕਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੌਪਈ ਪ੍ਰਾਤ ਹੋਤ ਮਿਲ ਸਭ ਕੇ ਸਾਥ ਸਵੇਰ ਹੋਈ ਦਿਨ ਚੜਿਆ ਮਾਲੜਕੀਤਪੁਰ ਸਾਹਿਬ ਸਨ ਬਾਬਾ ਸੂਰਜ ਮਾਲ ਜੀ ਨੂੰ ਮਿਲੇ ਰਿਸ਼ਤੇਦਾਰਾਂ ਨੂੰ ਮਿਲੇ ਪਰਮਾ ਨੂੰ ਮਿਲੇ ਚੱਲੇ ਆਨੰਦਪੁਰੇ ਗੁਰਨਾਥ ਉੱਥੋਂ ਫਿਰ ਮਾਲਕ ਸੱਚੇ ਪਾਤਸ਼ਾਹ ਜੀ ਆਨੰਦਪੁਰ ਸਾਹਿਬ ਨੂੰ ਚੱਲ ਪਏ ਪੰਜ ਕੋਹ ਦੀ ਦੂਰੀ ਉੱਤੇ ਹੈ ਜੀ ਆਨੰਦਪੁਰ ਸਾਹਿਬ ਜੀ ਹੁਣ ਵੀ ਤੁਸੀਂ ਵੇਖੋ ਸੰਗਤਾਂ ਜਾਂਦੀਆਂ ਨੇ ਆਨੰਦਪੁਰ ਸਾਹਿਬ ਤੋਂ ਕੀਰਤਪੁਰ ਸਾਹਿਬ ਜਿਆਦਾ ਲੰਮਾ ਰਸਤਾ ਨਹੀਂ ਹੈਗਾ ਜੀ ਹਾਂ ਜੀ ਪੰਜ ਕੋਸ ਪਰ ਪਹੁੰਚੇ ਜਾਈ ਪੰਜ ਕੋਹ ਦੀ ਦੂਰੀ ਉੱਤੇ ਸੱਚੇ ਪਾਤਸ਼ਾਹ ਜੀ ਜਦੋਂ ਪਹੁੰਚੇ ਸੁੰਨਤ ਪ੍ਰਜਾ ਆਈ ਅਗਵਾਈ ਆਨੰਦਪੁਰ ਸਾਹਿਬ ਦੇ ਜਿਹੜੇ ਵਸਨੀਕ ਸਨ ਨਾ ਜੀ ਉਹਨਾਂ ਨੂੰ ਪਤਾ ਲੱਗ ਗਿਆ ਬੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਆਨੰਦਪੁਰ ਸਾਹਿਬ ਆ ਗਏ ਨੇ ਤੇ ਫਿਰ ਮਰਿਆਦਾ ਤਾਂ ਇਹ ਹੈ ਵੀ ਜਦੋਂ ਗੁਰੂ ਸਾਹਿਬ ਆਉਣ ਤੇ ਘਰ ਦੇ ਵਿੱਚ ਅੰਦਰ ਨਹੀਂ ਵੜ ਕੇ ਬੈਠੇ ਰਹਿਣਾ ਬਾਹਰ ਅੱਗੇ ਜਾ ਕੇ ਖਲੋਣਾ ਹੈ ਜੀ ਸੰਗਤਾਂ ਆਨੰਦਪੁਰ ਸਾਹਿਬ ਦੇ ਬਾਰ ਬਾਰ ਜਾ ਕੇ ਖਲੋਗੀਆਂ ਵੀ ਗੁਰੂ ਜੀ ਦੇ ਦਰਸ਼ਨ ਕਰੀਏ ਨਾਲੇ ਸਤਕਾਰ ਕਰੀਏ ਜੀ ਵੇਖੋ ਚੇਤਾ ਰੱਖਿਓ ਤੁਸੀਂ ਕਹੋਗੇ ਇਹ ਗੱਲ ਐਵੇਂ ਹੈਗੀ ਐ ਐਵੇਂ ਨਹੀਂ ਹੈ ਗਈ ਗੁਰਮਖੋ ਐਦਾਂ ਕਰਨ ਵਾਲਿਆਂ ਨੂੰ ਬਹੁਤ ਕੁਝ ਮਿਲਦਾ ਜੀ ਬੜੀਆਂ ਖੁਸ਼ੀਆਂ ਮਿਲਦੀਆਂ ਬੜਾ ਕੁਝ ਪ੍ਰਾਪਤ ਹੁੰਦਾ ਰੱਬ ਮਿਹਰ ਕਰੇ ਤੁਹਾਡੇ ਘਰ ਖੁਸ਼ੀਆਂ ਦਾ ਮੌਕਾ ਆਵੇ ਤੁਹਾਡੇ ਘਰ ਗੁਰੂ ਗ੍ਰੰਥ ਸਾਹਿਬ ਆਉਣ ਤੇ ਪਿਆਰਿਓ ਬੜਾ ਹੀ ਸਤਿਕਾਰ ਕਰਨਾ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੰਗਤਾਂ ਨਗਰ ਦੇ ਬਾਰ ਬਾਰ ਖਲੋਤੀਆਂ ਨੇ ਜੀ ਹਾਂਜੀ ਦੇਖ ਕੇ ਆਦਿਕ ਆ ਮਿਲੇ ਸਕਲ ਬੰਦਤ ਕਰ ਜੋਰ ਉੱਥੇ ਹੀ ਗੁਰੂ ਜੀ ਨੂੰ ਮਾਇਆ ਪੇਟ ਕਰਨ ਲੱਗ ਪਏ ਪੇਟਾ ਮਾ ਪੇਟ ਕਰਨ ਲੱਗ ਪਏ ਲੰਮੇ ਸਮੇਂ ਬਾਅਦ ਗੁਰੂ ਜੀ ਦੇ ਦਰਸ਼ਨ ਕੀਤੇ ਆ ਹੱਥ ਜੋੜ ਜੋੜ ਕੇ ਸਿਰ ਨਿਵਾਉਂਦੇ ਤੇ ਆਪਣੇ ਮੁਖੋਂ ਕਹਿੰਦੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਨ ਕੁਸ਼ਲ ਪ੍ਰਸ਼ਨ ਗੁਰ ਸਭ ਕੋ ਕਰੈ ਸੱਚੇ ਪਾਤਸ਼ਾਹ ਜੀ ਹਰ ਇੱਕ ਨੂੰ ਰਾਜੀ ਖੁਸ਼ੀ ਪੁਸ਼ਦੇ ਐ ਭਾਈ ਤੂੰ ਠੀਕ ਐ ਤੂੰ ਰਾਜੀ ਖੁਸ਼ੀ ਐ ਹਾਂ ਕਿਰਪਾ ਤੁਮਾਰੀ ਤੇ ਸੁਖ ਧਰੈ ਤੇ ਉਦੋਂ ਫਿਰ ਜਵਾਬ ਦੇਣ ਵਾਲੇ ਵੀ ਬੜੇ ਸਿਆਣੇ ਆ ਨਾ ਜੀ ਹਾਂ ਜੀ ਹੁਣ ਕਿਸੇ ਨੂੰ ਪੁੱਛ ਲਈਏ ਬੀ ਠਾਕ ਹੈ ਤੇ ਜੇ ਜਵਾਬ ਦੇਣਾ ਹੀ ਨਾ ਆਉਂਦਾ ਹੋਵੇ ਤਾਂ ਕੀ ਮਤਲਬ ਹੈ ਕਾ ਜੀ ਜਵਾਬ ਕਿਵੇਂ ਦੇਣਾ ਗੁਰੂ ਸਾਹਿਬ ਉਹਨਾਂ ਨੂੰ ਪੁੱਛ ਰਹੇ ਨੇ ਵੀ ਰਾਜੀ ਖੁਸ਼ੀਆਂ ਤੋ ਹੱਥ ਜੋੜ ਕੇ ਕਹਿੰਦੇ ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਨਾਲ ਰਾਜੀ ਖੁਸ਼ੀਆਂ ਜਿਹੜੇ ਤੇ ਨਹੀਂ ਹੈਗੀ ਉਹਦੇ ਤੇ ਵੀ ਹੋ ਜਾਣੀ ਹੈ ਆਕੋ ਵਾਹਿਗੁਰੂ ਜਦੋਂ ਤੁਹਾਨੂੰ ਕੋਈ ਹਾਲ ਚੱਲ ਪੁੱਛਿਆ ਕਰੇ ਤੋ ਉਹਨੂੰ ਕਹਿਆ ਕਰੋ ਗੁਰੂ ਜੀ ਦੀ ਕਿਰਪਾ ਨਾਲ ਰਾਜੀ ਖੁਸ਼ੀ ਆ ਕਿਰਪਾ ਆਖੋਗੇ ਕਿਰਪਾ ਹੋਏਗੀ ਤੁਹਾਡੇ ਤੇ ਕਹਿੰਦੇ ਮਹਾਰਾਜ ਤੁਹਾਡੀ ਕਿਰਪਾ ਨਾਲ ਐਨ ਠੀਕ ਠਾਕ ਆ ਸੀ ਹਾਂਜੀ ਸਾਦਰ ਸਤਗੁਰ ਕੋਲੇ ਆਏ ਨਗਰ ਵਾਸੀ ਬੜੇ ਸਤਕਾਰ ਨਾਲ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ आनंदपुर साहिब जी ਦੇ ਵਿੱਚ ਲੈ ਆਏ ਭਾਏ ਪ੍ਰਵੇਸ਼ ਸਦਨ ਮੈਂ ਜਾਏ ਸੱਚੇ ਪਾਤਸ਼ਾਹ ਜੀ ਆਪਣੇ ਘਰ ਵਿੱਚ ਪ੍ਰਵੇਸ਼ ਹੋਏ ਬੜੇ ਤੁਸੀਂ ਕਥਾ ਸੁਣੀ ਹੈ ਦੱਸੋ ਹਾਂ ਭਲਾ ਆਨੰਦਪੁਰ ਸਾਹਿਬ ਤੇ ਗੁਰੂ ਤੇਗ ਬਹਾਦਰ ਜੀ ਦਾ ਘਰ ਕਿੱਥੇ ਹੈ ਉਸ ਘਰ ਨੂੰ ਕੀ ਕਹਿੰਦੇ ਭਲਾ ਗੁਰਦੁਆਰਾ ਪੋਰਾ ਸਾਹਿਬ ਗੁਰੂ ਕੇ ਮਹਿਲ ਆਨੰਦਪੁਰ ਸਾਹਿਬ ਵਿੱਚ ਜਦੋਂ ਤੁਸੀਂ ਤਖਤ ਸਾਹਿਬ ਤੋਂ ਉਤਰੋਗੇ ਸੱਜੇ ਹੱਥ ਨੂੰ ਅੰਦਰ ਗੜੀ ਜਾਂਦੀ ਹੈ ਜੀ ਉੱਥੇ ਗੁਰੂ ਜੀ ਦੀ ਰਹਾਇਸ਼ ਸੀਗੀ ਜੀ ਗੁਰੂ ਕੇ ਸਿੱਖਾਂ ਨੇ ਰਹਾਇਸ਼ ਸਾਫ਼ ਕੀਤੀ ਹੋਈ ਸੀਗੀ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਉਸ ਘਰ ਵਿੱਚ ਗਏ ਹਨ ਅਧਿਕ ਆਨੰਦ ਆਨੰਦਪੁਰ ਹੋਵਾ ਹੁਣ ਆਨੰਦਪੁਰ ਸਭ ਹੈ ਹੀ ਇਹੋ ਜਿਹਾ ਜੀ ਜਦੋਂ ਮਹਾਰਾਜ ਉੱਥੇ ਆਏ ਐ ਬੜਾ ਹੀ ਆਨੰਦ ਵਰਤਿਆ ਜੀ ਬਹੁਤ ਆਨੰਦ ਵਰਤਿਆ ਨਰ ਨਾਰਿਨ ਗਨ ਦਰਸ਼ਨ ਜੋਵਾ ਇਸ ਤਰੇ ਪੁਰਸ਼ ਸਾਰੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਰਜ ਰਜ ਕੇ ਦਰਸ਼ਨ ਕਰ ਰਹੇ ਨੇ ਹਾਂਜੀ ਬਹੁ ਭਗਵਾਨ ਬਨਕਲੇ ਆਏ ਫਿਰ ਬਾਣੀਏ ਉਸ ਇਲਾਕੇ ਦੇ ਆਨੰਦਪੁਰ ਸਾਹਿਬ ਦੇ ਕਈ ਕੁਝ ਬਣਾ ਕੇ ਲੈ ਕੇ ਆਏ ਜੀ ਗੁਰੂ ਸਾਹਿਬ ਮਹਾਰਾਜ ਜੀ ਦੀ ਕਿਰਪਾ ਨਾਲ ਵੀ ਮਹਾਰਾਜ ਆਏ ਨੇ ਤੇ ਗੁਰੂ ਜੀ ਨੂੰ ਸ਼ਿਕਾਉਣਾ ਜੀ ਹਾਏ ਹੋਏ ਅਰਦਾਸ ਬੰਟ ਸਮਦਾਏ ਅਰਦਾਸ ਬੇਨਤੀ ਹੋਈ ਐ ਬੜੀਆਂ ਸੰਗਤਾਂ ਵਿੱਚ ਪਦਾਰਥ ਵਰਤਾਏ ਗਏ ਜੀ ਹਾਂਜੀ ਜਥਾ ਪਾਏ ਪਤ ਕੋ ਚਿਰਕਾਲ ਹਰਖ ਮਾਨਤੀ ਤ੍ਰਯ ਬਿਸਾ ਕਹਿੰਦੇ ਵੀ ਅਨੰਦਪੁਰ ਸਾਹਿਬ ਦੀ ਧਰਤੀ ਇੰਨੀ ਖੁਸ਼ ਹੋਈ ਐ ਅੱਜ ਜਿਵੇਂ ਕਹੇ ਇਸਤਰੀ ਦਾ ਬੜੇ ਲੰਮੇ ਸਮੇਂ ਬਾਅਦ ਪਤੀ ਘਰ ਵਿੱਚ ਆਇਆ ਹੋਵੇ ਜੀ ਇਦਾਂ ਆਨੰਦਪੁਰ ਸਾਹਿਬ ਦੀ ਧਰਤੀ ਖੁਸ਼ ਹੋਈ ਜੀ ਹਾਂਜੀ ਤਿਮ ਨਗਰੀ ਕੇ ਲੋਕ ਆਨੰਦੇ ਬਸ ਇਸੇ ਤਰ੍ਹਾਂ ਲੋਕ ਵੀ ਖੁਸ਼ ਨੇ ਵੀ ਸਾਡੇ ਸੱਚੇ ਪਾਤਸ਼ਾਹ ਸਾਡੇ ਸਤਿਗੁਰੂ ਜੀ ਅੱਜ ਆਪਣੀ ਨਗਰੀ ਵਿੱਚ ਆਏ ਨੇ ਸਬਨ ਆਨ ਗੁਰ ਕੋ ਪਦ ਬੰਦੇ ਸਾਰੇ ਮਹਾਰਾਜ ਜੀ ਨੂੰ ਨਮਸਕਾਰ ਕਰਦੇ ਤੇ ਨਾਲੇ ਪਤਾ ਲੱਗਾ ਵੀ ਗੁਰੂ ਜੀ ਦੇ ਘਰ ਵਿੱਚ ਸਹਿਬਜ਼ਾਦੇ ਦਾ ਜਨਮ ਹੋਇਆ ਉਹਦੀਆਂ ਵੀ ਵਧਾਈਆਂ ਦਿੰਦੇ ਮਹਾਰਾਜ ਵਧਾਈਆਂ ਹੋਣ ਸੱਚੇ ਪਾਤਸ਼ਾਹ ਬੜੀ ਕਿਰਪਾ ਹੋਈ ਹੈ ਹਾਂਜੀ ਹੋਏ ਸੁਚਿੱਤ ਗੁਰ ਸਿਵਰ ਲਗਾਇਓ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਈ ਬਖਸ਼ਿਸ਼ ਹੋਈ ਹੈ ਬਾਹਰ ਸਾਵਧਾਨ ਹੋ ਕੇ ਸੰਗਤਾਂ ਨੇ ਡੇਰਾ ਕੀਤਾ ਨਾਨਾ ਵਿਦ ਆਹਾਰ ਕਰਵਾਇਓ ਗੁਰੂ ਜੀ ਨੇ ਅੰਦਰ ਆਸਣ ਲਾ ਲਿਆ ਗੁਰੂ ਜੀ ਆਏ ਨੇ ਇਸ ਖੁਸ਼ੀ ਵਿੱਚ ਬਹੁਤ ਸੋਹਣਾ ਲੰਗਰ ਤਿਆਰ ਕੀਤਾ ਗਿਆ ਵੇਖੋ ਕਿਸੇ ਨੂੰ ਪਦਾਰਥ ਛਕਾਉਣਾ ਲੰਗਰ ਛਕਾਉਣਾ ਇੱਕ ਖੁਸ਼ੀ ਨੂੰ ਪ੍ਰਗਟ ਕਰਨ ਦਾ ਤਰੀਕਾ ਹੈਗਾ ਵੀ ਬਹੁਤ ਵਧੀਆ ਲੰਗਰ ਤਿਆਰ ਕੀਤਾ ਗਿਆ ਖਾਣ ਪਾਣ ਕਰ ਨਿਸਾ ਬਿਤਾਏ ਮਹਾਰਾਜ ਗਰੀਬ ਨਿਵਾਜ ਜੀ ਨੇ ਜਲ ਪਾਣੀ ਪ੍ਰਸ਼ਾਦ ਪਾਣੀ ਛਕਿਆ ਫਿਰ ਰਾਤ ਸੱਚੇ ਪਾਤਸ਼ਾਹ ਜੀ ਨੇ ਆਰਾਮ ਕੀਤਾ ਭਾਈ ਪ੍ਰਾਤ ਜਾਗੇ ਮਜਨਾਏ ਅੰਮ੍ਰਿਤ ਵੇਲਾ ਹੋਇਆ ਅੰਮ੍ਰਿਤ ਵੇਲੇ ਉੱਠੇ ਗਰੀਬ ਨਿਵਾਜ਼ ਜੀ ਨੇ ਅੰਮ੍ਰਿਤ ਵੇਲੇ ਇਸ਼ਨਾਨ ਕੀਤਾ ਲੱਗਿਓ دیਵਾਨ ਆਏ ਸਭ ਕੋਈ ਤੇ دیਵਾਨ ਲੱਗਾ ਜੀ ਜਿਹੜਾ ਕੱਲ ਨਹੀਂ ਸੀ ਨਾ ਪਹੁੰਚਿਆ ਅੱਜ ਉਹ ਵੀ ਆ ਗਿਆ ਜੀ ਹਰ ਇੱਕ ਨੂੰ ਪਤਾ ਲੱਗ ਗਿਆ ਬੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵਾਪਸ ਆਪਣੇ ਨਗਰ ਆ ਗਏ ਨੇ ਆਖੋ ਵਾਹਿਗੁਰੂ ਵੇਖੋ ਸਾਡੇ ਪ੍ਰਾਣੇ ਬਜ਼ੁਰਗ ਧਾਰਨਾ ਪੜਦੇ ਹੁੰਦੇ ਕਰਕੇ ਕਾਰਜ ਪੂਰੇ ਸਤਿਗੁਰ ਆਏ ਨੇ ਘਰ ਆਪਣੇ ਜਦੋਂ ਕਿਸੇ ਦੇ ਘਰੋਂ ਜਾਂ ਬਾਹਰੋਂ ਤਿੰਨ ਦਿਨ ਅਖੰਡ ਪਾਠ ਸਾਹਿਬ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਆਉਣਾ ਨਾ ਜੀ ਤੇ ਸਿੱਖਾਂ ਨੇ ਧਾਰਨਾ ਪੜਨੀ ਕਰਕੇ ਕਾਰਜ ਪੂਰੇ ਸਤਿਗੁਰ ਆਏ ਨੇ ਘਰ ਆਪਣੇ ਹਾਂਜੀ ਤੇ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ RAM ਤਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਸੰਗਤਾਂ ਨੇ ਬਹੁਤੀ ਖੁਸ਼ੀ ਮਨਾਈ ਹੈ ਜਿਸ ਜਿਸ ਕੋ ਜਬ ਜਬ ਸੁਧ ਹੋਈ ਜਿੰਨੂ ਜਿੰਨੂ ਜਦੋਂ ਜਦੋਂ ਪਤਾ ਲੱਗਾ ਨਾ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਨੰਦਪੁਰ ਸਾਹਿਬ ਆ ਗਏ ਹਨ ਮਿਲਹਿ ਆਨ ਸਿੱਖ ਸੰਗਤ ਸਾਰੇ বাস ਉਸੇ ਵੇਲੇ ਹੀ ਉਹ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਉਂਦਾ ਵੀ ਬੜਾ ਲੰਮਾ ਸਮਾਂ ਹੋ ਗਿਆ ਸੀ ਮਹਾਰਾਜ ਗਰੀਬ ਨਿਵਾਜ਼ ਜੀ ਦੇ ਦਰਸ਼ਨ ਨਹੀਂ ਸੀ ਕੀਤੇ ਹੁਣ ਦਰਸ਼ਨ ਕਰਦੇ ਆ ਇੱਕ ਅਰੀ ਤੁਸੀਂ ਵੀ ਕਰੋ ਗੁਰੂ ਗ੍ਰੰਥ ਸਾਹਿਬ ਜੀ ਦੇ ਦਰ ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ ਹਾਂਜੀ ਪਸੁਰ ਗਈ ਸੁਧ ਦੇਸ਼ ਉਦਾਰੇ ਆਸੇ-ਪਾਸੇ ਖਬਰ ਤੇ ਫੈਲਣੀ ਸੀ ਫਿਰ ਹੌਲੀ-ਹੌਲੀ ਸਾਰੇ ਪੰਜਾਬ 'ਚ ਹੀ ਪਤਾ ਲੱਗ ਗਿਆ ਜੀ ਬੇ ਗੁਰੂ ਸਾਹਿਬ ਜੀ ਪੂਰਬ ਦੇ ਇਲਾਕੇ ਤੋਂ ਯਾਤਰਾ ਕਰਕੇ ਆਪਣੇ ਘਰ ਵਾਪਸ ਆ ਗਏ ਨੇ ਹਾਂ ਜੀ ਸੁਣ ਸੁਣ ਚੱਲੇ ਆਏ ਸਮੁਦਾਇ ਸੋ ਬਹੁਤ ਸਾਰੀਆਂ ਸੰਗਤਾਂ ਪੰਜਾਬ ਤੋਂ ਕੋਈ ਹੁਸ਼ਿਆਰਪੁਰ ਤੋਂ ਕੋਈ ਜਲੰਧਰ ਤੋਂ ਕੋਈ ਲੁਧਿਆਣੇ ਤੋਂ ਕੋਈ ਅੰਮ੍ਰਿਤਸਰ ਤੋਂ ਆਨੰਦਪੁਰ ਸਾਹਿਬ ਪਹੁੰਚਣ ਲੱਗੇ ਗੁਰੂ ਜੀ ਦੇ ਦਰਸ਼ਨਾਂ ਵਾਸਤੇ ਸਹਿਤ ਮਸੰਦ ਮਿਲੈ ਹਰ ਖਾਏ ਮਸੰਦ ਵੀ ਆਏ ਜੀ ਉਹਨਾਂ ਨੇ ਵੀ ਸਤਿਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ ਦਰਸ਼ਨ ਕਰਕੇ ਬਹੁਤ ਖੁਸ਼ ਹੋਣ ਜੀ ਸਾਰੇ ਸ਼੍ਰੀ ਅਮਰਿਤਸਰ ਕੇ ਚੱਲ ਗਏ ਆ ਅਮਰਿਤਸਰ ਦੀਆਂ ਸੰਗਤਾਂ ਇੱਥੋਂ ਗਈਆਂ ਉਚੇਚੀਆਂ ਦਰਸ਼ਨ ਕਰਨ ਵਾਸਤੇ ਆਖੋ ਵਾਹਿਗੁਰੂ ਵਾਹਿਗੁਰੂ ਅਮਰਿਤਸਰ ਦੀਆਂ ਸੰਗਤਾਂ ਤੇ ਅਮਰਿਤਸਰ ਦੇ ਮਸੰਦ ਇੱਥੋਂ ਗਏ ਦਰਸ਼ਨ ਕਰਨ ਵਾਸਤੇ ਮਹਾਰਾਜ ਜੀ ਦੇ ਦਰਬ ਬ੍ਰਿੰਦ ਕੋ ਅਰਪਤ ਭਏ ਤੇ ਖੁੱਲੀ ਮਾਇਆ ਸੱਚੇ ਪਾਤਸ਼ਾਹ ਜੀ ਨੂੰ ਭੇਟਾ ਕੀਤੀ ਜਿਹੜੀ ਸੰਗਤ ਦੀ ਇਕੱਠੀ ਹੋਈ ਮਾਇਆ ਸੀਗੀ ਜੀ ਹਾਂ ਬ੍ਰਧ ਕੇ ਬੰਸ ਬਿਖੇ ਗੁਰਦਿੱਤਾ ਹੁਣ ਉਧਰੋਂ ਜਿੱਥੇ ਬਹੁਤ ਸਾਰਿਆਂ ਨੂੰ ਪਤਾ ਲੱਗਾ ਹੱਥ ਜੋੜੋ ਪਿਆਰ ਨਾਲ ਕਹੋ ਤਨ ਤਨ ਬਾਬਾ ਬੁੱਢਾ ਸਾਹਿਬ ਜੀ ਤਨ ਤਨ ਬਾਬਾ ਬੁੱਢਾ ਸਾਹਿਬ ਜੀ ਤਨ ਤਨ ਬਾਬਾ ਬੁੱਢਾ ਸਾਹਿਬ ਜੀ ਦੇ ਪਰਿਵਾਰ ਵਿੱਚੋਂ ਬਾਬਾ ਜੀ ਦੇ ਅੰਸ਼ਵੰਸ ਭਾਈ ਗੁਰਦਿੱਤਾ ਜੀ ਦੋ ਗੁਰਦਿੱਤੇ ਹੋਏ ਇੱਕ ਤੇ ਸਤਗੁਰੂ ਜੀ ਦੇ ਪੁੱਤਰ ਹੋਏ ਨਾ ਜੀ ਬਾਬਾ ਗੁਰਦਿੱਤਾ ਜੀ ਇੱਕ ਬਾਬਾ ਬੁੱਢਾ ਜੀ ਦੇ ਪਰਿਵਾਰ ਵਿੱਚੋਂ ਇਹ ਪਾਈ ਗੁਰ ਦਿੱਤਾ ਜੀ। ਉਹਨਾਂ ਨੇ ਨੌਵੇਂ ਪਾਤਸ਼ਾਹ ਨੂੰ ਗੁਰਤਾ ਗੱਦੀ ਦਾ ਤਿਲਕ ਲਾਇਆ ਸੀਗਾ। ਉਹਨਾਂ ਨੂੰ ਪਤਾ ਲੱਗਾ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਆ ਗਏ ਆ। ਉਹ ਫਿਰ ਰਮਦਾਸ ਤੋਂ ਗਏ ਜੀ। ਹਾਂਜੀ। ਆਨ ਬਾਜ ਸਤਿਗੁਰ ਕੋ ਦਿੱਤਾ। ਤੇ ਫਿਰ ਉਹਨਾਂ ਨੇ ਭੇਟਾ ਦਿੱਤੀ ਜੀ। ਕਿਉਂਕਿ ਬਾਬਾ ਬੁੱਢਾ ਜੀ ਦੇ ਪਰਿਵਾਰ ਦੀ ਬੜੀ ਪੂਜਾ ਪ੍ਰਤੀਸ਼ਟਾ ਸੀ। ਤੇ ਬਾਬਾ ਬੁੱਢਾ ਜੀ ਦੀ ਕੁੱਲ ਵਿੱਚੋਂ ਭਾਈ ਗੁਰਦਿੱਤਾ ਜੀ ਨੇ ਸਤਗੁਰਾਂ ਨੂੰ ਗੁਰੂ ਤੇਗ ਬਹਾਦਰ ਜੀ ਨੂੰ ਬਹੁਤ ਸੋਹਣਾ ਘੋੜਾ ਪੇਟਾ ਕੀਤਾ ਜੀ ਬੜਾ ਵਧੀਆ ਬੜਾ ਸੋਹਣਾ ਘੋੜਾ ਪੇਟਾ ਕੀਤਾ ਜੀ ਹਾਂ ਲਵਪੁਰ ਕੋ ਇੱਕ ਧਨੁਖ ਮਹਾਨਾ ਫਿਰ ਉਸ ਸਮੇਂ ਲਾਹੌਰ ਦੇ ਵਿੱਚ ਇੱਕ ਕਾਰਖਾਨਾ ਸੀ ਜਿਹੜਾ ਧਨੁਸ਼ ਬਣਾਉਂਦਾ ਹੁੰਦਾ ਸੀਗਾ ਜੀ ਉਹਨਾਂ ਨੇ ਲਾਹੌਰ ਤੋਂ ਬੜਿਆਂ ਹੋਇਆ ਧਨੁਸ਼ ਸਤਿਗੁਰੂ ਜੀ ਨੂੰ ਭੇਟ ਕੀਤਾ ਆਕੇ ਦੀ ਅਰਪਿਓ ਤਰਕਸ਼ ਭਰ ਖਰਬਾਨ ਫਿਰ ਪੱਥਾ ਵੀ ਭੇਟਾ ਕੀਤਾ ਤੇ ਖਾਲੀ ਨਹੀਂ ਤੀਰਾਂ ਦਾ ਭਰਿਆ ਹੋਇਆ ਪੱਥਾ ਭੇਟਾ ਕੀਤਾ ਮਹਾਰਾਜ ਦੀ ਤੁਮ ਇਤੇ ਆਦਿਕ ਬਹੁ ਭੇਟ ਚੜ੍ਹਾਈ ਇਸ ਤਰੀਕੇ ਨਾਲ ਭਾਈ ਗੁਰਦਿੱਤਾ ਜੀ ਨੇ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਭੇਟਾਵਾਂ ਚੜਾਇਆ ਮਹਾਰਾਜ ਜੀ ਦੇ ਦਰਸ਼ਨ ਕੀਤੇ ਦੇ ਘੋੜਾ ਲੈ ਕੇ ਆਏ ਪੱਥਾ ਲੈ ਕੇ ਆਏ ਤੀਰਾਂ ਦਾ ਤਨੁਸ਼ ਲੈ ਕੇ ਆਏ ਜੀ ਹਾਂ ਸ੍ਰੀ ਗੁਰ ਸਾਦਰ ਲੀਨ ਬਿਠਾਈ ਮਹਾਰਾਜ ਜੀ ਨੇ ਧੰਨ ਬਾਬਾ ਬੁੱਢਾ ਸਾਹਿਬ ਜੀ ਦੀ ਅਨਸਬੰਸ ਜਾਣ ਕੇ ਆਪਣੇ ਲਾਗੇ ਬਿਠਾਇਆ ਜੀ ਹਾਂ ਕੁਸ਼ਲ ਪ੍ਰਸ਼ਨ ਕਰ ਸਭ ਸਤਕਾਰੇ ਪੁੱਛਿਆ ਵੀ ਪਰਿਵਾਰ ਠੀਕ ਠਾਕ ਹੈ ਰਾਜੀ ਖੁਸ਼ੀ ਹੋ ਹਾਂ ਜਥਾ ਜੋਗ ਕਹਿ ਦਇਓ ਆਹਾਰੇ ਤੇ ਫਿਰ ਉਹਨਾਂ ਨੂੰ ਆਪ ਪ੍ਰਸ਼ਾਦਾ ਛਕਾਇਆ ਆਖੋ ਵਾਹਿਗੁਰੂ ਵਾਹਿਗੁਰੂ ਕਿਉਂਕਿ ਤਨ ਬਾਬਾ ਬੁੱਢਾ ਸਾਹਿਬ ਜੀ ਦਾ ਸਤਕਾਰ ਬੜਾ ਜੀ ਹਾਂਜੀ ਸ੍ਰੀ ਗੁਰੂ ਅਰਜਨ ਦੇਵ ਦੀ ਮਾਤਾ ਗੰਗਾ ਜੀ ਨੂੰ ਕਹਿੰਦੇ ਸੀ ਗੰਗਾ ਜੀ ਬੁੱਢਾ ਗੁਰੂ ਨਾਨਕ ਸਮ ਜਾਣ ਹੋ ਇਹ ਬਾਬਾ ਬੁੱਢਾ ਜੀ ਸਮਝੋ ਗੁਰੂ ਨਾਨਕ ਦੇਵ ਜੀ ਦਾ ਹੀ ਰੂਪ ਨੇ ਜੈਸਾ ਸੇਵੇ ਤੈਸਾ ਹੋਏ ਸੇਵਾ ਕੀਤੀ ਸੀ ਜੀ ਗੁਰੂ ਨਾਨਕ ਦੇਵ ਜੀ ਦੀ ਸੋ ਮਾਰਾ ਨੇ ਬੜਾ ਹੀ ਸਤਕਾਰ ਕੀਤਾ ਭਾਈ ਗੁਰਦਿੱਤਾ ਜੀ ਦਾ ਹਾਂਜੀ ਕਾਬਲ ਆਦ ਸਿੱਖ ਸਮੁਦਾਇ ਕਾਬਲ ਤੋਂ ਗੁਰੂ ਕੇ ਸਿੱਖ ਆਏ ਜੀ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਸਤਗੁਰੂ ਜੀ ਆਨੰਦਪੁਰ ਸਾਹਿਬ ਆ ਗਏ ਨੇ ਦਰਬ ਸਮੇਤ ਮਸੰਦ ਸੋ ਆਏ ਬੜੀ ਮਾਇਆ ਵੀ ਪੇਟਾ ਕੀਤੀ ਉਥੋਂ ਦੇ ਮਸੰਦ ਵੀ ਆਏ ਮਹਾਰਾਜ ਜੀ ਦੇ ਦਰਸ਼ਨ ਕਰਨ ਲਈ ਹਾਂਜੀ ਕਹ ਲਓ ਕਹੋ ਨਿਰਤਾਪਤ ਆਵੇਂ ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਆਨੰਦਪੁਰ ਸਾਹਿਬ ਵਿੱਚ ਮੇਲੇ ਲੱਗ ਗਏ ਜੀ ਜਿੱਧਰ ਮਹਾਰਾਜ ਨੇ ਉਧਰ ਹੀ ਰੌਣਕਾਂ ਹੁਣ ਆਨੰਦਪੁਰ ਸਾਹਿਬ ਤੇ ਪਹਿਲਾਂ ਵੀ ਸੀ ਪਰ ਗੁਰੂ ਜੀ ਆਏ ਤੇ ਰੌਣਕਾਂ ਹੋ ਗਈਆਂ ਜੀ ਰੌਣਕਾਂ ਲੱਗ ਗਈਆਂ ਕਹਿੰਦੇ ਰੋਜ਼ ਹੀ ਮੇਲਾ ਰੋਜ਼ ਹੀ ਵੱਡਾ ਲੰਗਰ ਕਥਾ ਕੀਰਤਨ ਹੋਇਆ ਕਰੇ ਬੜੀਆਂ ਸੰਗਤਾਂ ਆਇਆ ਕਰਨਾ ਸਬ ਦੇਸ਼ਨ ਮਹ ਸੁਨ ਸੁਨਤਾਵੈ ਅੱਗੇ ਪੰਜਾਬ ਚ ਖਬਰ ਸੀ ਹੁਣ ਲਾਗੇ ਪਾਸੇ ਦੇਸ਼ਾਂ ਵਿੱਚ ਵੀ ਫੈਲ ਗਿਆ ਅਫਗਾਨਿਸਤਾਨ ਪਾਕਿਸਤਾਨ ਵਾਲਾ ਇਲਾਕਾ ਜਲਾਲਾਬਾਦ ਸਾਰੇ ਕਿਤੇ ਪਤਾ ਲੱਗ ਗਿਆ ਜੀ ਹਾਂ ਸਰੋਪਾਉ ਦੇ ਕਰਹੇ ਵਿਸਰਜਨ ਜਿਹੜੇ-ਜਿਹੜੇ ਗੁਰਮੁਖ ਪਿਆਰੇ ਦੂਰੋਂ-ਦੂਰੋਂ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਕੇ ਹਾਜ਼ਰ ਹੁੰਦੇ ਐ ਸੱਚੇ ਪਾਤਸ਼ਾਹ ਜੀ ਫਿਰ ਉਹਨਾਂ ਨੂੰ ਸਰੋਪਾ ਦੇ ਕੇ ਤੋਰਦੇ ਐ ਉਨਾਂ ਦਾ ਸਤਕਾਰ ਕੀਤਾ ਜਾਂਦਾ ਹੈ ਜੋ ਜਿਸ ਪੁਰਮਹਿ ਤਹ ਕੋ ਤਤਸ਼ਿਨ ਮਹਾਰਾਜ ਫਿਰ ਉਸਨਾਂ ਨੂੰ ਕਹਿੰਦੇ ਵੀ ਹੁਣ ਤੁਸੀਂ ਆਪਣੇ ਨਗਰ ਚ ਜਾਓ ਬੜਾ ਸਤਕਾਰ ਕਰਦੇ ਆਏ ਹੋਇਆ ਗੁਰਮੁਖਾਂ ਦਾ ਮਹਾਰਾਜ ਰਹੇ ਉਹ ਨਿਕਟ ਗੁਰਦਿੱਤਾ ਭਾਈ ਬਾਬਾ ਬੁੱਢਾ ਸਾਹਿਬ ਜੀ ਦੀ ਕੁੱਲ ਦੇ ਭਾਈ ਗੁਰਦਿੱਤਾ ਜੀ ਮਹਾਰਾਜ ਉਹਨਾਂ ਨੂੰ ਵੀ ਕਹਿਣ ਵੀ ਹੁਣ ਤੁਸੀਂ ਆਪਣੇ ਨਗਰ ਚ ਚੱਲੋ ਰਮਦਾਸ ਤੋਂ ਆਏ ਸੀ ਨਾ ਅੱਖੋ ਵਾਹਿਗੁਰੂ ਵਾਹਿਗੁਰੂ ਫਿਰ ਆਪੋ ਆਪਣਾ ਪਿਆਰ ਹੈ ਸਾ ਸੰਗਤ ਜੀ ਹਾਂਜੀ ਆਪੋ ਆਪਣਾ ਪਿਆਰ ਹੁੰਦਾ ਜੀ ਭਾਈ ਗੁਰਦਿੱਤਾ ਜੀ ਕਹਿੰਦੇ ਸੱਚੇ ਪਾਤਸ਼ਾਹ ਬੜੇ ਲੰਮੇ ਸਮੇਂ ਬਾਅਦ ਤੁਸੀਂ ਆਏ ਤੇ ਹੁਣ ਮੈਂ ਰਮਦਾਸ ਨਹੀਂ ਜਾਣਾ ਮਹਾਰਾਜ ਹੁਣ ਮੈਨੂੰ ਆਪਣੇ ਕੋਲ ਹੀ ਰੱਖ ਲਓ ਕੋਈ ਕਾਬਲ ਤੋਂ ਆਇਆ ਉਹ ਤੇ ਮੱਥੇ ਟੇਕ ਕੇ ਦਰਸ਼ਨ ਕਰਕੇ ਰਹਿ ਕੇ ਵਾਪਸ ਚਲੇ ਗਏ ਨਾ ਜੀ ਪਾਈ ਗੁਰਦਿੱਤਾ ਜੀ ਵਾਪਸ ਨਹੀਂ ਗਏ ਉਹ ਮਹਾਰਾਜ ਦੇ ਚਰਨਾਂ ਵਿੱਚ ਹੀ ਰਹਿ ਪਏ ਜੀ ਇਥੋਂ ਤੱਕ ਜਦੋਂ ਮਹਾਰਾਜ ਨੇ ਦਿੱਲੀ ਜਾਣਾ ਨਾ ਨਿਸ਼ੀਧ ਹੋਣ ਵਾਸਤੇ ਇਹਨਾਂ ਨੇ ਉਦੋਂ ਵੀ ਨਾਲ ਜਾਣਾ ਮਹਾਰਾਜ ਦੇ ਲਈ ਸੋ ਇਹ ਨਾਲ ਹੀ ਮਹਾਰਾਜ ਦੇ ਚਰਨਾਂ ਵਿੱਚ ਰਹਿ ਪਏ ਜੀ ਹੁਣ ਵੇਖੋ ਇਹਨਾਂ ਗੱਲਾਂ ਦਾ ਸਾਨੂੰ ਕਿੱਥੋਂ ਪਤਾ ਲੱਗਣਾ ਹੈ ਇਹ ਤੇ ਭਾਈ ਸੰਤੋਖ ਸਿੰਘ ਜੀ ਦੀ ਮਿਹਰਬਾਨੀ ਹੈ ਸਾਰੀ ਹਾਂ ਜੀ ਪ੍ਰੇਮੀ ਅਪਰ ਮਿਲੈ ਗਨ ਆਈ ਹੋਰ ਵੀ ਬੜੇ ਬੜੇ ਪ੍ਰੇਮੀ ਸਤਿਗੁਰੂ ਜੀ ਦੇ ਸੋਹਣੇ ਦਰਸ਼ਨ ਕਰਨ ਵਾਸਤੇ ਆਏ ਹਾਂ ਜੀ ਸੰਗਤ ਆਵਤ ਜਾਤ ਵਿਸਾਲਾ ਆਉਂਦੀਆਂ ਨੇ ਸੰਗਤਾਂ ਕੋਈ ਆ ਰਿਹਾ ਕੋਈ ਜਾ ਰਿਹਾ ਤੇ ਮੁਖੋਂ ਸਾਰੇ ਕੀ ਕਹਿ ਰਹੇ ਆ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬੜੇ ਸੋਹਣੇ ਦਰਸ਼ਨ ਹੁੰਦੇ ਮਹਾਰਾਜ ਦੇ ਹਾਂਜੀ ਬੀਤਿਓ ਰਹਿਤ ਜਬਹ ਚਿਰ ਕਾਲਾ ਇਸ ਤਰ੍ਹਾਂ ਮਹਾਰਾਜ ਜੀ ਨੂੰ ਜਦੋਂ ਕਾਫੀ ਸਮਾਂ ਹੋ ਗਿਆ ਨਾ ਜੀ ਆਨੰਦਪੁਰ ਸਾਹਿਬ ਰਹਿੰਦੇ ਆ ਹਾਂਜੀ ਹੋਤ ਕੀਰਤਨ ਲੱਗ ਹੈ ਦੀਵਾਨ ਰੋਜ਼ ਕੀਰਤਨ ਹੋਣਾ ਦੀਵਾਨ ਸੱਜਣਾ ਹਾਂਜੀ ਮਿਲ ਮਿਲ ਉਧਰੇ ਬ੍ਰਿੰਦ ਜਹਾਨ ਇਸ ਜਹਾਨ ਵਿੱਚੋਂ ਪਤਾ ਨਹੀਂ ਕਿਹੜਾ ਕਿਹੜਾ ਗੁਰੂ ਜੀ ਦੇ ਚਰਨਾਂ ਵਿੱਚ ਆਇਆ ਤੇ ਜਿਹੜਾ ਜਿਹੜਾ ਆਇਆ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਉਹਦਾ ਉਧਾਰ ਹੋਇਆ ਜੀ ਮਿਲ ਮਿਲ ਉਦਰੇ ਸਕਲ ਜਹਾਨ ਤਾਰਿਆ ਜਹਾਨ ਲਹਿਆ ਅਭਿਮਾਨ ਜਿੰਨੀ ਦਰਸ਼ਨ ਪਾਇਆ ਜਿਨੇ ਦਰਸ਼ਨ ਕੀਤੇ ਜੀ ਮਹਾਰਾਜ ਜੀ ਦੀ ਕਿਰਪਾ ਨਾਲ ਬੜਿਆਂ ਦਾ ਉਧਾਰ ਹੋ ਗਿਆ ਜੀ ਸੋ ਭੀ ਗਨੇ ਨਾ ਜਹ ਮੋਤੇ ਭਾਈ ਸੰਤੋਖ ਸਿੰਘ ਜੀ ਨੇ ਗੱਲ ਮੁਕਾਈ ਵੈਸੇ ਕਹਿੰਦੇ ਵੀ ਮੈਂ ਕਿਹੜੇ ਕਿਹੜੇ ਸਿੱਖਾਂ ਦਾ ਨਾਮ ਦਸਾਂ ਵੀ ਫਲਾਣਾ ਆਇਆ ਉਹ ਵੀ ਰਿਆ ਉਹਨੂੰ ਮਹਾਰਾਜ ਨੇ ਨਾਮ ਦੀ ਦਾਤ ਦਿੱਤੀ ਕਹਿੰਦੇ ਨਹੀਂ ਸੰਗਤ ਜੀ ਇੰਨੇ ਜ਼ਿਆਦਾ ਗੁਰੂ ਕੇ ਸਿੱਖਾਂ ਦਾ ਉਧਾਰ ਹੋਇਆ ਕਹਿੰਦੇ ਮੈਂ ਗਿਣ ਨਹੀਂ ਸਕਦਾ ਜੀ ਗਿਣ ਨਹੀਂ ਸਕਦਾ ਤਾਰਿਆ ਜਹਾਨ ਲਹਿਆ ਅਭਿਮਾਨ ਤਾਰਿਆ ਜਹਾਨ ਲਹਿਆ ਅਭਿਮਾਨ ਤਾਰਿਆ ਜਹਾਨ ਲਹਿਆ ਅਭਿਮਾਨ ਤਾਰਿਆ ਜਹਾਨ ਲਹਿਆ ਅਭਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਦਰਸ਼ਨ ਪਾਇਆ ਜਿੰਨੇ ਤੁਦਨੋ ਧਨ ਕਹਿਆ ਤਿੰਨ ਜਮ ਨੇੜ ਨ ਆਇਆ ਕਹਿੰਦੇ ਇਨੇ ਸਿੱਖਾਂ ਨੂੰ ਮਹਾਰਾਜ ਨੇ ਤਾਰਿਆ ਵੀ ਮੇਰੇ ਤੋਂ ਗਿਣੇ ਨਹੀਂ ਜਾ ਸਕਦੇ ਹਾਂਜੀ ਆਏ ਅਨੇਕ ਨਵੇਂ ਸਿੱਖ ਹੋਤੇ ਬੜੇ ਅਨੇਕਾਂ ਹੀ ਲੋਕ ਨਵੇਂ ਆ ਗਏ ਜੀ ਮਹਾਰਾਜ ਦੇ ਸਿੱਖ ਬਣੇ ਜੀ ਆ ਗਏ ਮ ਸੁਖ ਪਾਏ ਬਿਤਾਇਓ ਕਾਲਾ ਇਸ ਤਰੀਕੇ ਨਾਲ ਬੜਾ ਸੁਖ ਬਣ ਗਿਆ ਜੀ ਅਨੰਦਪੁਰ ਸਾਹਿਬ ਵਿੱਚ ਸਤ ਕੋ ਸਿਮਰਤ ਗੁਰੂ ਕਿਰਪਾਲਾ ਹੁਣ ਮਹਾਰਾਜ ਨੇ ਫਿਰ ਸਹਿਬਜਾਦਾ ਜੀ ਨੂੰ ਚੇਤਾ ਕੀਤਾ ਜੀ ਭਾਵ ਦਸਵੇਂ ਪਾਤਸ਼ਾਹ ਨੂੰ ਚੇਤਾ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਏ ਆਪਨੋ ਨਗਰ ਸੰਭਾਰ ਹੈ ਬੇ ਹੁਣ ਉਹ ਆਉਣ ਤੇ ਆਪਣਾ ਨਗਰ ਸੰਭ ਲੈਣ ਆਕੇ ਹੰਮ ਜਹ ਜਾਨੋ ਤਹਾਂ ਸਿਧਾਰੈ ਆਖੋ ਵਾਹਿਗੁਰੂ ਵਾਹ ਵੇਖੋ ਮਹਾਰਾਜ ਸੱਚੇ ਪਾਤਸ਼ਾਹ ਬੜੇ ਵੱਡੇ ਆ ਜੀ ਗੁਰੂ ਸਾਹਿਬ ਨੂੰ ਪਤਾ ਮਹਾਰਾਜ ਹੁਣ ਬੈਠੇ ਫੁਰਨਾ ਬਣਾ ਰਹੇ ਐ ਬੇ ਹੰਮ ਜਹ ਜਾਨੋ ਤਹਾਂ ਸਿਧਾਰੈ ਬੇ ਹੁਣ ਗੋਬਿੰਦ ਰਾਏ ਜੀ ਆਉਣ ਆਪਣਾ ਨਗਰ ਸੰਭ ਲੈਣ ਅਸੀਂ ਜਿੱਥੇ ਜਾਣਾ ਅਸੀਂ ਹੁਣ ਉੱਥੇ ਜਾਈਏ ਜੀ ਸਿੱਧੀ ਹੈ ਨਾ ਕਾਰਨ ਜਿੰਨੇ ਮਰਦੀ ਬਣ ਜਾਣ ਪਰ ਸਾ ਸੰਗਤ ਜੀ ਗੁਰੂ ਸਾਹਿਬ ਨੂੰ ਸਾਰੀ ਗੱਲ ਦਾ ਪਤਾ ਜੀ ਬਾਣੀ ਦੇ ਵਿੱਚ ਗੁਰੂ ਸਾਹਿਬ ਜੀ ਦੀ ਸਿਫਤ ਵਿੱਚ ਬੜੇ ਬੜੇ ਕਮਾਲ ਦੇ ਬਚਨ ਮਹਾਰਾਜ ਨੇ ਲਿਖਿਆ ਹੈ ਸਤਿਗੁਰ ਪੁਰਖ ਅਗੰਮ ਹੈ ਗੁਰੂ ਸਾਹਿਬ ਅਗੰਮ ਨੇ ਅਗੰਮ ਪਤਾ ਕਿਹਨੂੰ ਕਹਿੰਦੇ ਤੁਸੀਂ بڑا ਸ਼ਬਦ ਸੁਣਦੇ ਹੋਗੇ ਅਗੰਮ ਅਗੰਮ ਸਭ ਕੋ ਤੇਰੇ ਵਸ ਅਗੰਮ ਅਗੋਸਚਰਾ ਬੜੀ ਵਾਰੀ ਅਗੰਮ ਸ਼ਬਦ ਹੁੰਦਾ ਅਗੰਮ ਉਹਨੂੰ ਕਹਿੰਦੇ ਐ ਜਿੱਥੇ ਬੰਦੇ ਦਾ ਨਾ ਮਾਨੀ ਪਹੁੰਚ ਸਕੇ ਨਾ ਤਾਨੀ ਪਹੁੰਚ ਸਕੇ ਜੀ ਖਾਂਦੇ ਉਸ ਅਵਸਥਾ ਨੂੰ ਕਹਿੰਦੇ ਆ ਹੁਣ ਮਹਾਰਾਜ ਨੂੰ ਸਾਰੀ ਗੱਲ ਦਾ ਪਤਾ ਜੀ ਸਾਰੀ ਗੱਲ ਦਾ ਪਤਾ ਵੀ ਆਉਣ ਵਾਲੇ ਸਮੇਂ ਵਿੱਚ ਕੀ ਆਉਣਾ ਜੀ ਮਹਾਰਾਜ ਫੁਰਨਾ ਬਣਾਉਂਦੇ ਵੀ ਹੁਣ ਚੱਲੀਏ ਜਿਸ ਪਾਸੇ ਜਾਣਾ ਉਸ ਪਾਸੇ ਨੂੰ ਚੱਲੀ ਗਏ ਲਿਖੀ ਪੱਤਰ ਕਾ ਅਖਿਲ ਹਵਾਲ ਫਿਰ ਮਹਾਰਾਜ ਨੇ ਆਪ ਚਿੱਠੀ ਲਿਖੀ ਦੀ ਇੱਕ ਹੁਕਮਨਾਮਾ ਲਿਖਿਆ ਪਾਠ ਕਰ ਚਲੋ ਬਿਲਮ ਸਭ ਟਾਲ ਉਹਦੇ ਵਿੱਚ ਆਨੰਦਪੁਰ ਸਾਹਿਬ ਬਾਰੇ ਵੀ ਲਿਖਿਆ ਤੇ ਨਾਲ ਹੀ ਇਹ ਕਹਿ ਦਿੱਤਾ ਵੀ ਚਿੱਠੀ ਪੜ੍ਹ ਕੇ ਤਿਆਰੀ ਕਰੋ ਤੇ ਆਨੰਦਪੁਰ ਨੂੰ ਆ ਜਾਓ ਆਖੋ ਵਾਹਿਗੁਰੂ ਵਾਹਿਗੁਰੂ ਹਾਂਜੀ ਦੇਸ਼ ਪੰਜਾਬ ਆਇ ਬੋ ਕਰੀਏ ਹੈ ਆਪਣੇ ਦੇਸ਼ ਪੰਜਾਬ ਵਿੱਚ ਆਵੋ ਹੋਣਾ ਪਹੁੰਚ ਆਨੰਦਪੁਰ ਆਪਣ ਸੰਭਰੀਏ ਹੈ ਆ ਕੇ ਆਪਣਾ ਆਨੰਦਪੁਰ ਸਾंभ ਲਵੋ ਕਹਿਣ ਲੱਗੇ ਵੇਖੋ ਇਹ ਗੱਲ ਉਦੋਂ ਹੀ ਕਹੀ ਜਾਂਦੀ ਜਦੋਂ ਕਿਸੇ ਨੂੰ ਛੱਡਣਾ ਹੋਵੇ ਜੀ ਕੋਈ ਇਲਾਕਾ ਛੱਡਣਾ ਹੋਵੇ ਆ ਕੇ ਤਾਂ ਆ ਕੇ ਆਪਣਾ ਇਲਾਕਾ ਸਾंभ ਲਵੋ ਭਾਈ ਤੇ ਮਹਾਰਾਜ ਜੀ ਨੇ ਤਿਆਗਣਾ ਜੀ ਹਾਂ ਜੀ ਲੇਕਰ ਸੇਖ ਪਠਿਓ ਮਗਚਾਲ ਉਹ ਗੁਰੂ ਦਾ ਸਿੱਖ ਚਿੱਠੀ ਲੈ ਕੇ ਪਟਨਾ ਸਾਹਿਬ ਦੇ ਰਸਤੇ ਪੈ ਗਿਆ ਪਟਨੇਪੁਰ ਕੋ ਨਾਮ ਸੰਭਾਲ ਹਾਂਜੀ ਸਤਿਗੁਰੂ ਬਸੇ ਉਧਾਰੈ ਦਾਸ ਉਧਰ ਸੱਚੇ ਪਾਤਸ਼ਾਹ ਆਨੰਦਪੁਰ ਸਾਹਿਬ 'ਚ ਬਸਿਆ ਸੇਵਕਾਂ ਦਾ ਭਲਾ ਕਰ ਰਹੇ ਨੇ ਕਾਬ ਸੰਤੋਖ ਸਿੰਘ ਬਾਕ ਬिलास ਭਾਈ ਸੰਤੋਖ ਸਿੰਘ ਜੀ ਕਹਿੰਦੇ ਐ ਮਹਾਰਾਜ ਸੇਵਕਾਂ ਨਾਲ ਬਚਨ ਬਲਾਸ ਕਰਕੇ ਤਾਰ ਰਹੇ ਨੇ ਹੁਣ ਅੱਗੋਂ ਕਥਾ ਸੁਣਾਓ ਹਾਂਜੀ ਦੋਹਰਾ ਚਲੋ ਪੜ੍ਹ ਦਿਓ ਫਿਰ ਤੇਗ ਬਹਾਦਰ ਸਤਗੁਰੂ ਬਸ ਆਨੰਦਪੁਰ ਮਾਹੇ ਸਮਾ ਬਿਤਾਵਤ ਸੁਖ ਸਿਹਤ ਦਾਸਨ ਸ਼੍ਰੇਸ ਉਚਾਰ ਸੱਚੇ ਪਾਤਸ਼ਾਹ ਜੀ ਆਨੰਦਪੁਰ ਸਾਹਿਬ ਵਸ ਰਹੇ ਐ ਬੜਾ ਆਨੰਦ ਵਾਲਾ ਸਮਾ ਆਪਣੇ ਸੇਵਕਾਂ ਨੂੰ ਸੁਖ ਦੇ ਰਹੇ ਪਰ ਹੁਣ 시ਦੀ ਦਾ ਕਾਰਨ ਬਣਨਾ ਜੀ ਆਖੋ ਸ੍ਰੀ ਵਾਹਿਗੁਰੂ ਸਾਰੇ ਹੁਣ ਅੱਜ ਤੋਂ ਕਾਰਨ ਸ਼ੁਰੂ ਹੋ ਜਾਣਾ ਜੀ 시ਦੀ ਦਾ ਤੇ ਪਿਆਰ ਨਾਲ ਸਾਰੇ ਕਹੋ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਹਾਂ ਚੌਪਈ ਤੁਰਕੇਸ਼ਰ ਬਹੁ ਗਹੀ ਕੁਚਾਲੀ ਕਹਿੰਦੇ ਤੁਰਕੇਸ਼ਰ ਬਹੁ ਗਹੀ ਕੁਚਾਲੀ ਉਹਦ ਨੌਰੰਗੇ ਨੇ ਪੁੱਠਾ ਰਾਤੋਂ ਦੁਰ ਚੋਣ ਲਿਆ ਜੀ ਨਿਹਰਾ ਚੁਣਿਆ ਹੀ ਨਹੀਂ ਪੁੱਠੇ ਰਾਤੇ ਤੁਰ ਵੀ ਪਿਆ ਜੀ ਹਾਂਜੀ ਸ਼ਰਾ ਚਲਾਵਤ ਜਗਤ ਵਿਸਾਲੀ ਉਹ ਸਾਰੇ ਜਗਤ ਵਿੱਚ ਮੁਸਲਮਾਨ ਧਰਮ ਦੀ ਮਰਿਆਦਾ ਚਲਾਉਣਾ ਚਾਹੁੰਦਾ ਜੀ ਹਾਂਜੀ ਹਿੰਦੂਨ ਪਰ ਬਹੁ ਬਲ ਕੋ ਪਾਇਓ ਤੇ ਹਿੰਦੂ ਵੀਰਾਂ ਦੇ ਉੱਤੇ ਬਲ ਵਰਤਦਾ ਬੀਗਨਾਂ ਨੂੰ ਖਤਮ ਕਰ ਦੀਗੇ ਚਾਹਤ ਸਭ ਕੋ ਧਰਮ ਨਸਾਯੋ ਚਾਹੁੰਦਾ ਵੀ ਇਹਨਾਂ ਦਾ ਧਰਮ ਨਾ ਰਵੇ ਮੇਰਾ ਧਰਮ ਰਵੇ ਹਿੰਦੂ ਧਰਮ ਮੁੱਕ ਜਾਵੇ ਤੇ ਮੁਸਲਮਾਨ ਧਰਮ ਹੀ ਇਸ ਧਰਤੀ ਤੇ ਰਵੇ ਹਾਂਜੀ ਸਗਰੇ ਨਰਮੇ ਤੁਰਕ ਬਣਾਵੋ ਉਹ ਕੀ ਸੋਚਦਾ ਵੀ ਮੈਂ ਸਾਰੇ ਮੁਸਲਮਾਨ ਬਣਾ ਦੇਣੇ ਹੈ ਹਾਂਜੀ ਬਾਹਰ ਸ਼ਰਮ ਹੈ ਭਲੋ ਚਲਾਵੋ ਫਿਰ ਸ਼ਰਮ ਵਿੱਚ ਚਲਾਵਾਂਗਾ ਆਪਣੀ ਮਰਿਆਦਾ ਦੇ ਵਿੱਚ ਚਲਾਵਾਂਗਾ ਹਾਂ ਸ਼ਰਾ ਬਿਨਾ ਦੋਜਕ ਮੈਂ ਪਰੈ ਕਿਉਂਕਿ ਉਹਨੇ ਜੋ ਸੁਣਿਆ ਹੀ ਉਹੋ ਜੀਆਂ ਗੱਲਾਂ ਕਰਦਾ ਸੀ ਆਖੋ ਵਾਹਿਗੁਰੂ ਵਾਹਿਗੁਰੂ ਵੀ ਸ਼ਰਾ ਬਿਨਾ ਦੋਜਕ ਮੈਂ ਪਰੈ ਵੀ ਸ਼ਰਾ ਤੋਂ ਬਗਾਰੇ ਸਾਰੇ ਨਰਕਾਂ 'ਚ ਜਾਣਗੇ ਹਾਂਜੀ ਨਹਿ ਇਮਾਮ ਕੋ ਨੀਕੈ ਤਰੈ ਕੋਈ ਵੀ ਇਮਾਨ ਇਹਨਾਂ ਦਾ ਚੰਗਾ ਹੀ ਨਹੀਂ ਹੋ ਸਕਦਾ ਇਸ ਕਰਕੇ ਸਾਰੇ ਜਗਤ ਨੂੰ ਹੀ ਮੁਸਲਮਾਨ ਬਣਾ ਦੇਣਾ ਹਾਂਜੀ ਭਾਇਓ ਮੁਹੰਮਦ ਪਸ਼ਚਮ ਦੇਸ਼ ਤਿਤ ਤੁਰਕਾਂ ਨੇ ਓਜ ਵਿਸ਼ੇਸ਼ ਮੁਹੰਮਦ ਸਾਹਿਬ ਪਸ਼ਟਮ ਦੇ ਇਲਾਕੇ 'ਚ ਹੋਏ ਆ ਤੇ ਉਧਰ ਤੁਰਕਾਂ ਦੀ ਵੱਡੀ ਗਿਣਤੀ ਹੈ ਹਾਂਜੀ ਕਿਤ ਕਿਤ ਹਿੰਦੂ ਰਹੇ ਨਿਜੋਰ ਕਿਤੇ ਕਿਤੇ ਹਿੰਦੂ ਰਹਿ ਗਏ ਸੀਗੇ ਜੀ ਕਿਤੇ ਕਿਤੇ ਜੀ ਪਸ਼ਟਮ ਦੇ ਇਲਾਕੇ 'ਚ ਔਰ ਜਿਹੜੇ ਰਹਿ ਗਏ ਸੀ ਉਹ ਵੀ ਵਿਚਾਰੇ ਬੜੇ ਕਮਜ਼ੋਰ ਸੀ ਕਹਿੰਦੇ ਹੁਣ ਵੀ ਅਸੀਂ ਪਿੱਛੇ ਤੇ ਜੰਮੂ ਗਏ ਉੱਥੋਂ ਦੇ ਸਿੰਘ ਦੱਸ ਰਹੇ ਸੀ ਕਹਿੰਦੇ ਵੀ ਅੱਗੇ ਕਸ਼ਮੀਰ ਦੇ ਵਿੱਚ ਬਹੁਤਾਤ ਮੁਸਲਮਾਨ ਨੇ ਫਿਰ ਸਿੱਖਾਂ ਦੀ ਗਿਣਤੀ ਹੈ ਤੇ 1% ਹਿੰਦੂ ਰਹਿੰਦੇ ਆ ਔਰ ਜਿਹੜੇ ਰਹਿੰਦੇ ਆ ਉਹ ਬੜਾ ਡਰ ਕੇ ਰਹਿੰਦੇ ਆ ਕਹਿੰਦੇ ਹੁਣ ਵੀ ਉਹ ਬੜਾ ਡਰ ਕੇ ਰਹਿੰਦੇ ਕਰਨ ਲਗੇ ਉਥੇ ਮੁਸਲਮਾਨ ਹੀ ਨੇ ਇਸੇ ਤਰ੍ਹਾਂ ਉਸ ਸਮੇਂ ਪਸ਼ਟਮ ਦੇ ਵਿੱਚ ਬਹੁਤੇ ਮੁਸਲਮਾਨ ਸੀ ਅੱਜ ਵੀ ਹੈਗੇ ਆ ਕੋਈ ਕੋਈ ਹਿੰਦੂ ਸੀਗਾ ਔਰ ਉਹ ਵੀ ਬੜਾ ਕਮਜ਼ੋਰ ਸੀਗਾ ਜੀ ਘੱਟ ਗਿਣਤੀ ਨੂੰ ਸਦਾ ਖਤਰਾ ਹੁੰਦਾ ਜੀ ਹਾਂਜੀ ਤੁਰਕ ਕਰੋ ਪੂਰਬ ਤਿਸ ਓਰ ਇਹ ਕਹਿੰਦਾ ਸੀ ਵੀ ਮੈਂ ਉਹਨਾਂ ਨੂੰ ਵੀ ਮੁਸਲਮਾਨ ਬਣਾ ਦੇਣਾ ਹਾਂਜੀ ਉੱਤ ਤੇ ਹੋਵਤ ਆਵਤ ਸਾਰੇ ਉਧਰੋਂ ਫਿਰ ਮੈਂ ਇਸ ਪਾਸੇ ਆਵਾਂਗਾ ਹਿੰਦੁਸਤਾਨ ਵਿੱਚ ਆਵਾਂਗਾ ਇੱਤ ਤੇ ਪਿਖ ਹੋਏ ਸ਼ਰਮਝਾਰੇ ਫਿਰ ਹਾਂਜੀ ਸੰਗ ਮੌਲਵੀ ਮਸਲਤ ਠਾਨੀ ਇਹਨਾਂ ਨੂੰ ਵੇਖ ਕੇ ਫਿਰ ਸਾਰੇ ਹੋਰ ਵੀ ਲੋਕ ਸ਼ਰਾਂ ਦੇ ਵਿੱਚ ਲੈ ਆਵਾਂਗਾ ਮੈਂ ਇਸ ਕੰਮ ਨੂੰ ਮੁੱਖ ਰੱਖ ਕੇ ਨੌਰੰਗੇ ਨੇ ਵੱਡੇ ਵੱਡੇ ਮੌਲਵੀਆਂ ਨਾਲ ਮੀਟਿੰਗਾਂ ਕੀਤੀਆਂ ਜੀ ਸਲਾਵਾ ਕੀਤੀ ਆ ਜੀ ਸਭਨ ਸਰਾਹਿਓ ਨੀਕ ਬਖਾਨੀ ਹੁਣ ਮੌਲਮੀਆਂ ਨੇ ਤੇ ਕਹਿਣਾ ਸੀ ਵੀ ਹਿੰਦੂ ਰਹਿਣ ਹੀ ਨਾ ਸਾਰੇ ਮੁਸਲਮਾਨ ਬਣ ਜਾ ਉਹ ਕਹਿੰਦੇ ਜੀ ਬੜੀ ਵਧੀਆ ਗੱਲ ਐ ਤੇ ਹਾਂਜੀ ਲਿਖ ਪਰਵਾਨੇ ਪੁਨਹੇ ਪਠਾਏ ਪ੍ਰਥਮ ਪੂਰੀ ਕਸ਼ਮੀਰ ਸਧਾਏ ਅੱਖਰ ਸ੍ਰੀ ਵਾਹਿਗੁਰੂ ਵਾਹਿਗੁਰੂ ਉਹਨੇ ਪਰਵਾਨੇ ਲਿਖੇ ਜੀ ਆਪਣੇ ਹੁਕਮ ਲਿਖੇ ਜੀ ਪਛਟਮ ਦੇ ਵਿੱਚ ਤਾਂ ਜੋਰ ਪੈ ਗਿਆ ਬਾਦ ਤੋਂ ਹਿੰਦੁਸਤਾਨ 'ਚ ਜਦੋਂ ਸ਼ੁਰੂ ਹੋਇਆ ਉਸ ਸਮੇਂ ਕਸ਼ਮੀਰ ਦੇ ਵਿੱਚ ਬ੍ਰਾਹਮਣ ਰਹਿੰਦੇ ਸੀਗੇ ਉਦੋਂ ਦੇ ਨੌਰੰਗੇ ਤੋਂ ਡਰੇ ਹੋਏ ਪਰਿਵਾਰ ਜਿਹੜੇ ਮੁਸਲਮਾਨ ਬਣੇ ਉਹ ਅੱਜ ਤੱਕ ਮੁਸਲਮਾਨ ਹੀ ਤੁਰਿਆ ਆ ਰਹੇ ਨੇ ਦੀ ਉੱਤੇ ਸਭ ਤੋਂ ਪਹਿਲਾਂ ਉਹਨੇ ਕਸ਼ਮੀਰ ਚੁਣਿਆ ਕਿਉਂਕਿ ਜਿਨ੍ਹਾਂ ਮੌਲਵੀਆਂ ਨੇ ਸਲਾਹ ਕੀਤੀ ਉਹਨਾਂ ਕਹਿਆ ਜੀ ਸਭ ਤੋਂ ਪਹਿਲਾਂ ਕਸ਼ਮੀਰ ਨੂੰ ਮੁਸਲਮਾਨ ਬਣਾਓ ਉੱਥੇ ਹਿੰਦੂ ਧਰਮ ਦੀ ਕਰੀਮ ਰਹਿੰਦੀ ਹੈ ਤੇ ਜੇ ਉਹ ਬਣ ਗਏ ਮੁਸਲਮਾਨ ਤੇ ਸਾਨੂੰ ਜ਼ੋਰ ਨਹੀਂ ਲਾਉਣਾ ਪੈਣਾ ਲੋਕ ਆਪੇ ਬਣ ਜਾਣਾ ਇਸ ਕਰਕੇ ਪ੍ਰਥਮ ਪੁਰੀ ਕਸ਼ਮੀਰ ਸਿਧਾਏ ਪਹਿਲਾਂ ਕਸ਼ਮੀਰ ਬੰਦੇ ਭੇਜ ਦਿੱਤੇ ਇਹਨੇ ਸੂਬਾ ਤੇਠਾ ਅਫਗਨ ਸ਼ੇਰ ਉਥੋਂ ਦਾ ਸੂਬੇਦਾਰ ਸੀਗਾ ਜੀ ਜਿਵੇਂ ਪੰਜਾਬ ਦਾ ਮੁੱਖ ਮੰਤਰੀ ਓਵੇਂ ਉਥੋਂ ਦਾ ਸੂਬੇਦਾਰ ਸੀਗਾ ਜੀ ਸੂਬੇ ਦਾ ਮਾਲਕ ਉਹਦਾ ਨਾਂ ਸੀਗਾ ਸ਼ੇਰ ਅਫਗਾਨ ਹਾਂਜੀ ਕਰਤ ਹੁਕਮ ਸੋ ਸਗਰੇ ਜੀ ਉਹ ਤੇ ਅੱਗੇ ਹੀ بڑا ਹੁਕਮ ਕਰਦਾ ਸੀਗਾ ਸਾਰਿਆਂ ਨੂੰ ਮੁਸਲਮਾਨ ਸੀਗਾ ਜੀ ਹਾਂ ਜੀ ਰੰਕ ਦੇਸ਼ ਧਨ ਹਾਕਮ ਲੇਤ ਦਰਦ ਸਾਰੀ ਪ੍ਰਜਾਨ ਕੇਤ ਉਹ ਟੈਕਸ ਵਸੂਲਦਾ ਸੀਗਾ ਤੇ ਲੋਕਾਂ ਨੂੰ ਅਮੀਰ ਨਹੀਂ ਸੀ ਹੋਣ ਦਿੰਦਾ ਆਖੋ ਵਾਹਿਗੁਰੂ ਹੁਣ ਵੀ ਇਹੋ ਹੀ ਸੋਚਾਂ ਚੱਲਦੀਆਂ ਸਰਕਾਰ ਦੀ ਟੈਕਸੀ ਇੰਨਾ ਪਾ ਦੋ ਵੀ ਅਮੀਰ ਨਾ ਹੋ ਸਕਣ ਪੈਸਾ ਨਾ ਇਕੱਠਾ ਹੋ ਸਕੇ ਤੇ ਥੋੜੇ ਚਿਰ ਬਾਅਦ ਨੋਟ ਬਦਲ ਦਿਓ ਆਖੋ ਵਾਹਿਗੁਰੂ ਥੋੜੇ ਚਿਰ ਬਾਅਦ ਉਹਨੇ ਫਿਰ ਸਾਧ ਸੰਗਤ ਦੀ ਲੋਕਾਂ ਨੂੰ ਬੜਾ ਤੰਗ ਕਰਨਾ ਹਾਂਜੀ ਪਠਿਓ ਸ਼ਾਹੋ ਕੋ ਜਬ ਪਰਵੰਨ ਜਦੋਂ ਬਾਦਸ਼ਾਹ ਦਾ ਹੁਕਮ ਚਲੇ ਗਿਆ ਉਹਨੂੰ ਹਾਂਜੀ ਕਰਹੋ ਤੁਰਕ ਇਹ ਦੇਸ਼ ਮਹਾਨ ਵੀ ਇਹ ਸਾਰੇ ਦਾ ਸਾਰਾ ਕਸ਼ਮੀਰ ਥੋੜੇ ਦਿਨਾਂ ਦੇ ਅੰਦਰ ਅੰਦਰ ਮੁਸਲਮਾਨ ਬਣਾ ਦੇ ਹੁਣ ਕੰਮ ਬੜਾ ਔਖਾ ਹੈ ਹਾਂ ਧਨ ਧਰਨੀ ਲਾਲਚ ਦਿਖਰਾਵੋ ਇਹਨਾਂ ਨੂੰ ਮਾਇਆ ਦਾ ਲਾਲਚ ਦਿਓ ਜ਼ਮੀਨਾਂ ਦਾ ਲਾਲਚ ਦਿਓ ਬਨਹੋ ਤੁਰਕ ਸਭ ਹੋਂ ਸੁਖ ਪਾਵੋ ਉਹਨਾਂ ਨੂੰ ਕਹੋ ਵੀ ਮੁਸਲਮਾਨ ਬਣ ਜਾਓ ਸੁਖ ਮਿਲੇਗਾ ਹਾਂਜੀ ਸਨੇ ਸਨੇ ਮਨ ਕੋ ਬਿਰਮਾਏ ਸਹਜੇ ਸਹਜੇ ਉਹਨਾਂ ਦੇ ਮਨਾਂ ਨੂੰ ਪਰਮਾਓ ਹਾਂਜੀ ਮੁਖ ਤੇ ਮਾਧੁਰ ਬਾਕ ਸੁਣਾਏ ਮਿੱਠੇ ਮਿੱਠੇ ਬੋਲ ਬੋਲੋ ਤੇ ਇਹਨਾਂ ਦਾ ਧਰਮ ਬਦਲਾ ਦਿਓ ਜਿਤਾ ਰੱਖਿਓ ਅੱਜ ਵੀ ਬੜੇ ਹਮਲੇ ਹੁੰਦੇ ਐ ਉਦੋਂ ਹਿੰਦੂਆਂ ਨੂੰ ਮੁਸਲਮਾਨ ਬਣਾਉਣ ਦਾ ਜੋਰ ਸੀ ਅੱਜ ਸਿੱਖਾਂ ਨੂੰ ਈਸਾਈ ਬਣਾਉਣ ਦਾ ਜੋਰ ਐ ਅੱਖੋ ਵਾਹਿਗੁਰੂ ਵਾਲੇਕੁਮ ਉਹ ਬੰਦਾ ਹੀ ਕਿਹੜਾ ਹੈ ਜਿਹੜਾ ਪੈਸੇ ਲੈ ਕੇ ਧਰਮ ਛੱਡ ਜੇ ਉਹਨੂੰ ਬੰਦਾ ਕਿਡਾਂਗੇ ਦੀ ਇਹ ਥੋੜੇ ਜੇ ਪੈਸਿਆਂ ਬਦਲੇ ਆਪਣੇ ਗੁਰੂ ਨੂੰ ਹੀ ਬਦਲ ਤਵੇ ਨਰੰਗਾ ਕਹਿੰਦਾ ਲਾਲਚ ਦਿਓ ਜੋ ਕਰਨਾ ਕਰ ਹਾਂਜੀ ਬਾਹਰ ਓਜ ਕੋ ਦਾਬਾ ਲੇਹੋ ਜੇ ਨਹੀਂ ਮੰਨਣਗੇ ਫਿਰ ਬਲ ਵੀ ਵਿਖਾਈ ਸ਼ਕਤੀ ਵੀ ਵਿਖਾਈ ਜਿਉਂ ਕਿਉਂ ਕਰਹੁ ਸ਼ਰਮੈ ਲੇਹੋ ਬਸ ਜਿਵੇਂ ਕਿਵੇਂ ਨਹੀਂ ਹੈ ਲੋਕਾਂ ਨੂੰ ਮੁਸਲਮਾਨ ਬਣਾ ਲਓ ਹਾਂਜੀ ਬਹੁ ਜਬਰੀ ਨਹ ਜਾਨੀ ਪਰੈ ਦੀਜੈ ਬਿਆਹ ਲਾਲ ਸਾ ਤਰੈ ਅਖ ਵਾਹਿਗੁਰੂ ਜਬਰਦਸਤੀ ਵੀ ਨਾ ਜਾਣੀ ਜਾਵੇ ਤੇ ਫਿਰ ੱੱਕੇ ਨਾਲ ਵਿਆਹ ਕਰ ਦਿਓ ਹਿੰਦੂ ਬੱਚੀਆਂ ਦਾ ਮੁਸਲਮਾਨਾਂ ਨਾਲ ਆਪੇ ਮੁਸਲਮਾਨ ਹੋ ਜਾਣਗੀਆਂ ਤੇ ਜਾਂ ਫਿਰ ਵਿਆਹਾਂ ਦਾ ਲਾਲਚ ਦਿਓ ਹਾਂਜੀ ਹਿੰਦੂ ਧਰਮ ਬਖੈ ਦਿੜ ਜੇਈ ਧਨ ਅਰ ਬੁੱਧ ਮੈਂ ਦੀਰਗ ਕੇਈ ਹਾਂਜੀ ਦੇਜਾਦਿਕ ਜੇ ਹੈ ਇਸ ਦੇਸ਼ ਸਨੇ ਸਨੇ ਕਰ ਤੁਰਕ ਅਸ਼ੇਸ਼ ਵੀ ਨਰੰਗੇ ਨੇ ਚਿੱਠੀ ਲਿਖੀ ਵੀ ਸ਼ੇਰ ਅਫਗਾਨ ਛੇਤੀ ਤੋਂ ਛੇਤੀ ਇਥੋਂ ਦੇ ਬ੍ਰਾਹਮਣਾਂ ਨੂੰ ਇਥੋਂ ਦੇ ਲੋਕਾਂ ਨੂੰ ਆਪਣੀ ਬੁੱਧੀ ਦੇ ਨਾਲ ਪੈਸੇ ਦੇ ਜ਼ੋਰ ਨਾਲ ਤਲਵਾਰ ਦੇ ਜ਼ੋਰ ਦੇ ਨਾਲ ਮੁਸਲਮਾਨ ਬਣਾ ਦੇ ਉਹਨੂੰ ਉਧਰ ਤੇ ਸਾਧ ਸੰਗਤ ਜੀ ਦੁੱਖਾਂ ਦਾ ਪਹਾੜ ਹੀ ਟੁੱਟ ਪਿਆ ਜੀ ਜਦੋਂ ਇਹ ਖਬਰ ਪਹੁੰਚੀ ਹੈ ਉਧਰ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਵੀ ਇਹ ਕੀ ਬਣ ਗਿਆ ਪਰ ਇੱਕ ਪਾਸੇ ਆਨੰਦਪੁਰ ਸਾਹਿਬ ਦੀ ਧਰਤੀ ਹੈ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਦੀ ਰਹਿਮਤਾਂ ਵਰਸਾ ਰਹੀ ਹੈ ਜੀ ਨਰੰਗਾ ਬੜਾ ਕੱਟੜ ਬੰਦਾ ਸੀਗਾ ਜੀ ਸਕੇ ਪਰਾਂਵਾਂ ਨੂੰ ਮਰਵਾ ਕੇ ਢੋਲ ਦੇ ਡੱਗੇ ਦੇ ਉੱਤੇ ਨੱਚਿਆ ਸੀਗਾ ਇਹ ਵੀ ਅੱਜ ਹੁਣ ਕੋਈ ਨਹੀਂ ਰਹਿ ਗਿਆ ਜਿਹੜਾ ਮੈਨੂੰ ਤੰਗ ਕਰ ਸਕੇ ਬੜਾ ਕੱਟੜ ਬੰਦਾ ਸੀਗਾ ਕੱਟੜ ਅੱਜ ਵੀ ਇਹ ਹਾਲ ਹੈ ਨੌਜਵਾਨ ਬੱਚੇ ਵੀ ਬੈਠੇ ਆ ਦੁਨਿਆਵੀ ਪ੍ਰੇਮ ਕਰਕੇ ਨਾ ਦੁਨਿਆਵੀ ਪ੍ਰੇਮ ਕਰਕੇ ਬੱਚੇ ਆਪਣੇ ਮਾਪਿਓ ਨੂੰ ਪਰਾਂ ਕਰ ਦਿੰਦੇ ਜੀ ਆਪਣੇ ਮਾਪਿਓ ਦੀ ਇੱਛਾ ਤੋਂ ਵਿਰੋਧ ਜਾ ਕੇ ਵੀ ਵਿਆਹ ਕਰਾਉਂਦੇ ਜੀ ਚੇਤਾ ਰੱਖਿਓ ਇਹ ਗੁਰੂ ਘਰ ਦੀ ਆਵਾਜ਼ ਜੀ ਜਿਹੜਾ ਆਪਣੇ ਮਾਪਿਓ ਦਾ ਨਹੀਂ ਬਣਦਾ ਉਹ ਕਿਸੇ ਦਾ ਵੀ ਨਹੀਂ ਬਣ ਸਕਦਾ ਜੀ ਜਿਹੜਾ ਆਪਣੇ ਮਾਤਾ ਪਿਤਾ ਦਾ ਨਹੀਂ ਨਾ ਬਣਦਾ ਉਹ ਕਿਸੇ ਦਾ ਵੀ ਨਹੀਂ ਬਣਦਾ ਇਹ ਗੱਲ ਪੱਕੀ ਹੈ ਤੇ ਇਹੋ ਜੇ ਬੱਚਿਆਂ ਨਾਲ ਵਿਆਹ ਕਰਾਉਣ ਵਾਲੇ ਨੂੰ ਸੋਚਣਾ ਚਾਹੀਦਾ ਵੀ ਜੇ ਮਾਪਿਆਂ ਨੂੰ ਛੱਡ ਸਕਦਾ ਤੇ ਮੈਨੂੰ ਵੀ ਛੱਡ ਸਕਦਾ ਨੌਰੰਗਾ ਆਪਣੇ ਸਕੇ ਪਿਓ ਦਾ ਨਹੀਂ ਸੀ ਬਣਿਆ ਜੀ ਸਕੇ ਪਿਓ ਦਾ ਉਹਨੂੰ ਕਿਲੇ ਦੇ ਵਿੱਚ ਪਾਇਆ ਸੀ ਤਾਜ ਮਹਿਲ ਦੇ ਥੱਲੇ ਤਹਿ ਖਾਨਾ ਬਣਾਇਆ ਸੀ ਉੱਥੇ ਬਾੜਿਆ ਸੀ ਥੱਲੇ ਜਹਾਂਗੀਰ ਨੂੰ ਸ਼ਾਹਜਹਾਂ ਉੱਥੇ ਹੀ ਠਾਵਾੜਿਆ ਤੇ ਸ਼ਾਹਜਹਾਂ ਨੇ ਇੱਕ ਦਿਨ ਚਿੱਠੀ ਲਿਖੀ ਉਹਨੂੰ ਬੀਨੁਰੰਗੇ ਚਲੋ ਤੇ ਔਰੰਗਜ਼ੇਬ ਵੀ ਕਹਿੰਦਾ ਸੀ ਵੀ ਤੇਰੇ ਨਾਲੋਂ ਤੇ ਹਿੰਦੂ ਚੰਗੇ ਆ ਉਹ ਮਾਪਿਓ ਦੇ ਮਰਨ ਤੋਂ ਬਾਅਦ ਵੀ ਸਰਾਦ ਕਰਾਉਂਦੇ ਆ ਤੂੰ ਤਾਂ ਜਿਉਂਦੇ ਨੂੰ ਪਿਆਸਾ ਮਾਰਨਿਆ ਖਾਣ ਪੀਣ ਨੂੰ ਨਹੀਂ ਸੀ ਕੁਝ ਦਿੰਦਾ ਇਹਨੇ ਅੱਗੋਂ ਚਿੱਠੀ ਲਿਖੀ ਸੀ ਕਹਿੰਦਾ ਸੀ ਪਿਤਾ ਜੀ ਜਿਹੜੀ ਸ਼ਾਈ ਦੇ ਨਾਲ ਚਿੱਠੀ ਲਿਖੀ ਹੈ ਨਾ ਤੇ ਮੈਨੂੰ ਸਮਝਾਉਣ ਦਾ ਯਤਨ ਕੀਤਾ ਉਹ ਸ਼ਾਈ ਪੀ ਕੇ ਪਿਆਸ 부ਝਾ ਲਿਓ ਹੁਣ ਪਾਣੀ ਬੰਦ ਹੋ ਗਿਆ ਤੁਹਾਡਾ ਅੱਜ ਤੋਂ ਪਾਣੀ ਬੰਦ ਕਰਤਾ ਸੀ ਸੰਸਾਰ ਦੇ ਵਿੱਚ ਬੜਾ ਇੱਕ ਪਿਆਰਾ ਰਿਸ਼ਤਾ ਹੋਇਆ ਭੈਣ ਤੇ ਭਰਾ ਦਾ ਰਿਸ਼ਤਾ ਸਗੀ ਭੈਣ ਦਾ ਸਾਥ ਸੰਗਤ ਦੀ ਰੋਸ਼ਨ ਆਰਾਮ ਨੂੰ ਇਹਨੇ ਜ਼ਹਿਰ ਮਿੱਠਾ ਜ਼ਹਿਰ ਦੇ ਕੇ ਮਰਵਾਇਆ ਸੀ ਮਿੱਠਾ ਜ਼ਹਿਰ ਸਲੋ ਪੋਇਜ਼ਨ ਹੌਲੀ 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 ਮਰ ਗਈ ਸੀਗੀ ਵਿਚਾਰੀ ਇੱਥੋਂ ਤੱਕ ਵੀ ਆਪਣੀ ਬੱਚੀ ਜੇਬਲ ਨੁਸਾਂ ਦਾ ਵਿਆਹ ਨਹੀਂ ਸੀ ਕਰਾਉਂਦਾ ਨਕਾਂ ਨਹੀਂ ਸੀ ਕਰਮਦਾ ਵੀ ਜਵਾਈ ਆ ਗਿਆ ਜਵਾਈਏ ਨਾ ਕਵੇ ਵੀ ਰਾਜ ਮੈਨੂੰ ਦੇ ਦਿਓ ਧਰਮ ਅੰਦਰ ਦੀ ਦਇਆ ਸਿਖਾਉਂਦਾ ਹੈ ਪਾਪ ਨਹੀਂ ਸਿਖਾਉਂਦਾ ਜੀ ਧਰਮ ਪਾਪ ਕਰਨਾ ਨਹੀਂ ਸਿਖਾਉਂਦਾ ਪੰਜ ਵਕਤ ਦਾ ਪੱਕਾ ਨਮਾਜ਼ੀ ਸੀਗਾ ਪਰ ਹੈ ਸਖਤ ਸੀ ਕਠੋਰ ਸੀਗਾ ਜੀ ਹੁਣ ਜਦੋਂ ਇਹਦਾ ਸੁਨੇਹਾ ਕਸ਼ਮੀਰ ਦੀ ਧਰਤੀ ਤੇ ਪਹੁੰਚਦਾ ਹੈ ਹਹਾਕਾਰ ਮਚ ਜਾਂਦੀ ਹੈ ਉਹ ਜਿਵੇਂ ਜਿਵੇਂ ਭਾਈ ਸੰਤੋਖ ਸਿੰਘ ਦੀ ਕਥਾ ਲਿਖਣਗੇ ਆਪਾਂ ਓਵੇਂ ਓਵੇਂ ਸਰਵਣ ਕਰੀ ਚੱਲਾਂਗੇ ਗੁਰੂ ਸਾਹਿਬ ਮਿਹਰ ਕਰਨ ਅੱਜ ਭਾਈ ਸਤਨਾਮ ਸਿੰਘ ਜੀ ਜੋ ਕਿ ਪਿਛਲੇ 2 ਕੁ ਸਾਲਾਂ ਤੋਂ ਗੁਰੂ ਘਰ ਵਿੱਚ ਲਗਾਤਾਰ ਹਾਜ਼ਰੀ ਭਰ ਰਹੇ ਐ ਸ਼ਾਮ ਦੇ ਸਮੇਂ ਦੁਨਿਆਵੀ ਤੌਰ ਤੇ ਪੰਜਾਬ ਬੋਰਡ ਵਿੱਚ ਪੰਜਾਬ ਬਿਜਲੀ ਬੋਰਡ ਵਿੱਚ ਉਹ ਡਿਊਟੀ ਕਰਦੇ ਸੀਗੇ ਅੱਜ ਉਹਨਾਂ ਨੂੰ ਰਿਟਾਇਰਮੈਂਟ ਮਿਲੀ ਹੈ ਇਸ ਸੰਬੰਧ ਵਿੱਚ ਉਹਨਾਂ ਨੇ ਮਹਾਰਾਜ ਜੀ ਦੀ ਸਾਰੇ ਚੰਦੂਆ ਸਾਹਿਬ ਰਮਾਲਾ ਸਾਹਿਬ ਦੀ ਵੀ ਸੇਵਾ ਕੀਤੀ ਹੈ ਨਾਲ ਹੀ ਸੰਗਤਾਂ ਵਾਸਤੇ ਬਾਰ ਜਲ ਪਾਣੀ ਵੀ ਤਿਆਰ ਕੀਤਾ ਹੈ ਸੋ ਸੰਗਤਾਂ ਨੂੰ ਬੇਨਤੀ ਹੈ ਵੀ ਆਪ ਜੀ ਨੇ ਉਹਨਾਂ ਵੱਲੋਂ ਜੋ ਜਲ ਪਾਣੀ ਤਿਆਰ ਕੀਤਾ ਗਿਆ ਉਹ ਆਪ ਜੀ ਨੇ ਜਲ ਪਾਣੀ ਛਕਣਾ ਮਹਾਰਾਜੀ ਦੀ ਕਥਾ ਸੁਣ ਸੁਣ ਕੇ ਇਹਨਾਂ ਦੇ ਅੰਦਰ ਬਹੁਤ ਪ੍ਰੇਮ ਬਣਿਆ ਪਿਛੇ ਦੇ ਇਸੇ ਖੁਸ਼ੀ ਨੂੰ ਮੁੱਖ ਰੱਖ ਕੇ ਘਰ ਵਿੱਚ ਅਖੰਡ ਪਾਠ ਸਾਹਿਬ ਕਰਵਾਇਆ ਸੀ ਸਾਰੇ ਰਿਸ਼ਤੇਦਾਰਾਂ ਨੂੰ ਸੱਦ ਕੇ ਫੁੱਲਾਂ ਦੀ ਵਰਖਾ ਦੇ ਨਾਲ ਟੋਲ ਕਿਸ਼ੈਣਿਆਂ ਦੇ ਨਾਲ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਆਪਣੇ ਘਰ ਲੈ ਕੇ ਗਏ ਸੀ ਤੇ ਫਿਰ ਮੈਂ ਬੇਨਤੀ ਕੀਤੀ ਸੀ ਕਿ ਦਾਸ ਨੇ ਵੀ ਲੈ ਕੇ ਆਏ ਤੇ ਛੱਡਣ ਵੇਲੇ ਪੰਜ ਵੀ ਨਹੀਂ ਲੱਭਦੇ ਹੁੰਦੇ ਇਹ ਕਹਿੰਦਾ ਜੀ ਗੁਰਦੁਆਰਾ ਸਾਹਿਬ ਵੀ ਆਂ ਜੀ ਲੈ ਕੇ ਆਵਾਂ ਅਫਸੋਸ ਦਿਨ ਵੀ ਸਾਦੇ ਰਿਸ਼ਤੇਦਾਰਾਂ ਦੇ ਨਾਲ ਬੜਾ ਸਤਿਕਾਰ ਦੇ ਨਾਲ ਇਹ ਗੁਰੂ ਸਾਹਿਬ ਜੀ ਨੂੰ ਲੈ ਕੇ ਆਏ ਮਹਾਰਾਜ ਕਿਰਪਾ ਕਰਨ ਸਿਰ ਤੇ ਮੇਹਰਾਂ ਭਰਿਆ ਹੱਥ ਰੱਖਾਂ ਹੁਣ ਇਹਨਾਂ ਨੂੰ ਬੇਨਤੀ ਹੈ ਵੀ ਰਟਾਇਰ ਤੇ ਤੁਸੀਂ ਹੋ ਗਏ ਹੋ ਪਰ ਅਗਲਾ ਜਿਹੜਾ ਜੀਵਨ ਹੈ ਉਹ ਗੁਰੂ ਦੇ ਲਾਖੇ ਲਾਓ ਹਮ ਚੱਕਰ ਗੋਬਿੰਦ ਕੇ ਇਸ ਪਾਸੇ ਵੀ ਚੱਕਰੀ ਕਰਨੀ ਹੈ ਅਗਲਾ ਸਮਾ ਗੁਰੂ ਦੇ ਲਖੇ ਲਾਉਣਾ ਇਹ ਆਪ ਵੀ ਆਉਂਦੇ ਆ ਆਪਣੀ ਗਲੀ ਦੇ ਵਿੱਚ ਵੀ ਇਹਨਾਂ ਨੇ ਪ੍ਰਚਾਰ ਕੀਤਾ ਆਪਣੇ ਨਾਲ ਆਪਣੇ ਮਿੱਤਰ ਜੀ ਨੂੰ ਲੈ ਕੇ ਆਉਂਦੇ ਆ ਸ਼ਬਣੀ ਜੀ ਨੂੰ ਮਹਾਰਾਜ ਕਿਰਪਾ ਕਰਨ ਬੇਅੰਤ ਸੇਵਾ ਕੀਤੀ ਹੈ ਗੁਰੂ ਘਰ ਦੀ ਤੇ ਗੁਰੂ ਘਰ ਵੱਲੋਂ ਇਹਨਾਂ ਨੂੰ ਸਿਰੇ ਪਾਓ ਦਿੱਤਾ ਜਾਏਗਾ ਬਾਅਦੋਂ ਸੰਗਤਾਂ ਨੂੰ ਬੇਨਤੀ ਹੈ ਵੀ ਆਪ ਜੀ ਨੇ ਜਲ ਪਾਣੀ ਛਕਣ ਦੀ ਕਿਰਪਾਲਤਾ ਕਰਨੀ ਹੈ ਬੜਾ ਇਹਨਾਂ ਦੇ ਅੰਦਰ ਚਾਹ ਸੀ ਵੀ ਜਿਸ ਦਿਨ ਮੈਂ ਰਿਟਾਇਰ ਹੋਵਾਂ ਉਸ ਦਿਨ ਆਪਾਂ ਵੱਡਾ ਚੰਦੋਵਾ ਲਾਉਣਾ ਆਪ ਬਣਵਾਇਆ ਜੀ ਇਹਨਾਂ ਦੀਆਂ ਬੱਚੀਆਂ ਨੇ ਆਪ ਸੀਤੇ ਬਸਤਰਮਾਹ ਰਜ ਸੱਚੇ ਪਾਤਸ਼ਾਹ ਦੇ ਆਪਣੇ ਘਰ ਸੋ ਮਹਾਰਾਜ ਕਿਰਪਾ ਕਰਨ ਇਹੋ ਜੇ ਚਾਹ ਸਾਰਿਆਂ ਨੂੰ ਬਖਸ਼ਿਸ਼ ਕਰਨ ਬੇਨਤੀ ਕਰਾਂਗਾ ਭਾਈ ਜਗਿੰਦਰ ਸਿੰਘ ਜੀ ਗੁਰੂ ਘਰ ਦੇ ਮੁੱਖ ਸੇਵਾਦਾਰ ਉਹ ਭਾਈ ਸਤਨਾਮ ਸਿੰਘ ਜੀ ਨੂੰ ਸਤਿਗੁਰੂ ਜੀ ਦੀ ਬਖਸ਼ਿਸ਼ ਸਿਰਪਰਵ ਪ੍ਰਦਾਨ ਕਰਨਗੇ ਤੇ ਇਹਨਾਂ ਨੂੰ ਇਹ ਵੀ ਬੇਨਤੀ ਆ ਭਾਈ ਸਤਨਾਮ ਸਿੰਘ ਜੀ ਨੂੰ ਵੀ ਰਹਿੰਦਾ ਸਮਾਂ ਅੰਮ੍ਰਿਤ ਛਕੋ ਐ ਗੁਰੂ ਵਾਲੇ ਬਣੋ ਤੇ ਨਾਮ ਜਪ ਕੇ ਗੁਰੂ ਘਰ ਵਿੱਚ ਆ ਕੇ ਸੇਵਾ ਸਿਮਰਨ ਕਰਕੇ ਤੇ ਆਪਣਾ ਸਮਾਂ ਜਿਹੜਾ ਉਹ ਤੁਸਾਂ ਸਫਲਾ ਕਰਨਾ ਸਾਰੀ ਸੰਗਤ ਨੂੰ ਬੇਨਤੀ ਹੈ ਵੀ ਜਲ ਪਾਣੀ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੇ ਭੁੱਲ ਨਾ ਚੁੱਕਾਂ ਦੀ ਮਾਫੀ ਬਖਸ਼ਿਸ਼ ਕਰਨੀ ਪਿਆਰ ਨਾਲ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ